ਲੱਖਾਂ ਦੇ ਹਿਸਾਬ ਦੇ ਨਾਲ ਟਾਲੀ ਦੇ ਅੰਦਰ ਕਿਲ ਠੁਕੇ ਆ ਜਿਹੜੇ ਇਹ ਲੋਕ ਕਿਉਂ ਠੋਕੇ ਜਾਂਦੇ ਆ ਸੱਚੀ ਝਾੜ ਕਰਕੇ ਠੋਕੇ ਜਾਂਦੇ ਆ ਜਾਂ ਕੋਈ ਹੋਰ ਰੋਗ ਲੱਗਾ ਹੋਵੇ ਤਾਂ ਵੀ ਠੋਕੇ ਜਾਂਦੇ ਆ ਜਿਹੜੇ ਕੇਲਾ ਸਿਰਫ ਝਾੜ ਕਰਕੇ ਠੋਕੇ ਜਾਂਦੇ ਆ ਜਦੋਂਸੀਂ ਛੋਟੇ ਛੋਟੇ ਅੰਦੇ ਉਹ ਤੋਂ ਦੇਖਦੇ ਸੀਗੇ ਜਿਵੇਂ ਤੁਸੀਂ ਇੱਕ ਹੋਰ ਟਾਲੀ ਬੰਲਾ ਦੇਖੀ ਆ ਲੇਕਿਨ ਉਸ ਤੋਂ ਪਹਿਲਾਂ ਇੱਕ ਟਾਲੀ ਹੋਰ ਹੁੰਦੀ ਸੀਗੀ ਤੁਸੀਂ ਦੋ ਟਾਲੀ ਦਾ ਜ਼ਿਕਰ ਕੀਤਾ ਤੀਜੀ ਟਾਲੀ ਆਏ ਇੱਕ ਜਿਹੜੀ ਟਾਲੀ ਪਹਿਲੀ ਸੀ ਉਹ ਬਿਲਕੁਲ ਖਤਮ ਹੋ ਗਈ ਆ ਦੂਸਰੀ ਟਾਲੀ ਜਿਹਦਾ ਕੁਝ ਮੂਲ ਬਚਿਆ ਵਾ ਤੀਸਰੀ ਟਾਲੀ ਜਿਹੜੀ ਕਿੰਨਾ ਨਾ ਵਿੰਨੀ ਜਿਹੜੀ ਕਿਲ ਠੋਠੋ ਕੇ ਲੋਕਾਂ ਨੇ ਜਿਹੜੀ ਇਹ ਖਤਮ ਕਰ ਦਿੱਤੀ ਆ ਸਿਰਫ ਇੱਕ ਜੀ ਅਗਿਆਨਤਾ ਦਾ ਇੱਕ ਹੀ ਵਿਸ਼ਵਾਸ ਆ ਕਿ ਇਹਦੇ ਨਾਲ ਜੜ ਜਿਹੜੀ ਆ ਉਹ ਠੀਕ ਹੁੰਦੀ ਆ ਵੀ ਅਸੀਂ ਕਿਲ ਠੋਕਦੇ ਤੇ ਸੁਣਿਆ ਵਾ ਵੀ ਜੜ ਵਾਸਤੇ ਠੋਕਦੇ ਆ ਪਰ ਅਸੀਂ ਕੋਈ ਠੀਕ ਹੋਦੇ ਹੁਣ ਜਾਂ ਨਹੀਂ ਸੁਣਿਆ ਇਹਦਾ ਮਤਲਬ ਇਹ ਆ ਵੀ ਇਹ ਚੱਲੀ ਮਗਰ ਭੱਲੀ ਵਾਲੀ ਗੱਲ ਆ ਜਿਹੜੀ ਅਗਿਆਨਤਾ ਬਹੁਤ ਜ਼ਿਆਦਾ ਸਾਡੇ ਲੋਕਾਂ 'ਚ ਫੈਲੀ ਹੋਈ ਆ ਇਸੇ ਕਰਕੇ ਜਿਹੜਾ ਇੱਕ ਵੇਖੋ ਵੇਖ ਕੇ ਕਿਲ ਠੋਕ ਦਿੰਦੇ ਆ ਵੀ ਸ਼ਾਇਦ ਕਿਲ ਠੋਕੇ ਦੇ ਨਾਲ ਆਰਾਮ ਆਵੇ। ਕਿਲ ਠੋਕਣ ਦੇ ਨਾਲ ਆਰਾਮ ਤਾਂ ਕਿਸੇ ਨੂੰ ਅਜੇ ਤੱਕ ਨਹੀਂ ਆਇਆ ਕਿਉਂਕਿ ਅਜੇ ਤੱਕ ਦਾਵਾ ਨਹੀਂ ਕੋਈ ਕਰ ਸਕਦਾ ਕਿ ਮੈਨੂੰ ਆਰਾਮ ਆਇਆ ਵਾ। ਪਰ ਇਹਨਾਂ ਦੇ ਰੱਖਤਾਂ ਦੀ ਜਾਂਚ ਜ਼ਰੂਰ ਚੱਲੇਗੀ ਆ। ਜਿੱਥੇ ਹਜ਼ਾਰਾਂ ਪੰਛੀਆਂ ਨੇ ਰਹਿਣਾ ਸੀਗਾ, ਇੱਥੇ ਸਟੇਸ਼ਨ ਤੇ ਆਉਣ ਵਾਲੀਆਂ ਸਵਾਰੀਆਂ ਨੇ ਰਹਿਣਾ ਸੀ ਜਿਨ੍ਹਾਂ ਨੇ ਗਰਮੀ ਦੇ ਵਿੱਚ ਸੁੱਖ ਦਾ ਸਾਲ ਨਹੀਂ ਹਣ ਜਾਤ ਪੋ ਨਹੀਂ ਠੰਡੀ ਛਾਤ ਹੇ ਬੈਠਣਾ ਸੀਗਾ। ਉਹ ਸਵਾਰੀਆਂ ਜਿਹੜੀਆਂ ਠੰਡੀ ਥਾਂ ਤੋਂ ਮੰਜੇ ਠੋਕੀਆਂ। ਜਿਹੜੇ ਕੋਈ ਪੰਛੀਆਂ ਨੇ ਬਹਿ ਕੇ ਉੱਤੇ ਆਲ ਨੇ ਪੋਣੇ ਜਾਂ ਬਹਿਣਾ 10 ਮੀਟਰ ਸਫਰ ਕਰਨਾ ਸੀ ਪੰਛੀਆਂ ਨੇ ਉਹ ਪੰਛੀ ਤਾਂ ਵਾਂਝੀ ਹੋ ਗਏ ਆ ਗੁਰਬਾਨੀ ਅਖੰਡਬਾਣੀ ਦੇਖ ਰਹੀਆਂ ਦੇਸ਼ ਵਿਦੇਸ਼ ਦੀਆਂ ਸਾਰੀਆਂ ਸੰਗਤਾਂ ਦਾ ਸਵਾਗਤ ਹੈ ਮੈਂ ਹਾਂ ਸੁਖਵੰਤ ਸਿੰਘ ਮਖੂ ਦਰਸ਼ਕੋ ਤੁਸੀਂ ਦੁਨੀਆ ਤੇ ਅਜੂਬੇ ਦੇਖੇ ਹੋਣਗੇ ਤੇ ਜਿਨ੍ਹਾਂ ਅਜੂਬਿਆਂ ਨੂੰ ਦੇਖ ਕੇ ਤੁਹਾਨੂੰ ਖੁਸ਼ਹਾਲੀ ਆਉਂਦੀ ਹੋਵੇਗੀ ਤੁਸੀਂ ਅੰਦਰੋਂ ਖੁਸ਼ੀ ਮਹਿਸੂਸ ਕਰਦੇ ਹੋਵੋਗੇ ਉਸ ਅਜੂਬਿਆਂ ਨੂੰ ਦੇਖ ਕੇ ਪਰ ਜਿਹੜਾ ਅਜੂਬਾ ਜ ਤੁਹਾਨੂੰ ਮੈਂ ਦਿਖਾਉਣ ਜਾ ਰਿਹਾ ਹਾਂ ਮੈਨੂੰ ਲੱਗਦਾ ਹੈ ਵੀ ਉਸ ਅਜੂਬੇ ਨੂੰ ਦੇਖ ਕੇ ਕਿਤੇ ਨਾ ਕਿਤੇ ਤੁਹਾਨੂੰ ਨਿਰਾਸ਼ਾ ਪੈਦਾ ਹੋਏਗੀ ਉਹ ਕੈਸਾ ਜੂਬਾ ਹੋਏਗਾ ਜਿਸ ਅਜੂਬੇ ਨੂੰ ਦੇਖ ਕੇ ਨਿਰਾਸ਼ਾ ਪੈਦਾ ਹੋਏਗੀ ਤੇ ਸਾਡਾ ਰੋਨ ਨਿਕਲੇਗਾ ਉਹ ਕਿਹੜਾ ਐਸਾ ਅਜੂਬਾ ਦੁਨੀਆ ਦੇ ਉੱਪਰ ਉਹ ਮੈਂ ਕੈਮਰੇਮੈਨ ਵੀਰ ਨੂੰ ਕਹਾਂਗਾ ਵੀ ਉਹ ਅਜੂਬਾ ਦਿਖਾ ਦਿਓ ਕਿਹੜਾ ਅਜੂਬਾ ਹੈ ਉਹ ਅਜੂਬਾ ਹੈ ਆ ਦੇਖੋ ਇਹ ਹੈ ਟਾਲੀ ਟਾਲੀ ਦਾ ਦਰਖਤ ਜਿਹੜਾ ਕਿ ਲੱਖਾਂ ਕਰੋੜਾਂ ਦੇ ਹਿਸਾਬ ਦੇ ਨਾਲ ਕਿੱਲਾਂ ਦੇ ਨਾਲ ਵਿੰਨਿਆ ਹੋਇਆ ਪੌਦਾ ਹੈ ਆ ਲੰਮਾ ਪਿਆ ਹੋਇਆ ਹੈ ਇਹ ਮੈਂ ਆਪਣੀ ਹੋਸ਼ ਦੇ ਅੰਦਰ ਅੱਜ ਤੋਂ ਕਰੀਬ 10-15 ਸਾਲ ਪਹਿਲਾਂ ਇਸ ਟਾਲੀ ਨੂੰ ਦੇਖਦਾ ਸਾਂ ਤੇ ਇਹ ਟਾਲੀ ਜਿਹੜੀ ਹੈ ਦਰਸ਼ਕੋ ਇੱਥੇ ਖੜੀ ਹੁੰਦੀ ਸੀ ਇਹ ਮੈਂ ਲੋਕੇਸ਼ਨ ਵੀ ਤੁਹਾਨੂੰ ਦੱਸ ਦੇਵਾਂ ਵੀ ਇਹ ਟਾਲੀ ਕਿੱਥੇ ਹੈ ਜਿਹੜੀ ਖੜੀ ਸੀ ਤੇ ਅੱਜ ਇਹ ਧਰਤੀ ਦੇ ਉੱਪਰ ਵਿਛ ਗਈ ਹੈ ਇਦੀ ਲੋਕੇਸ਼ਨ ਹੈ ਫਿਰੋਜ਼ਪੁਰ ਤੋਂ ਜਲੰਧਰ ਰੇਲਵੇ ਲਾਈਨ ਦੇ ਉੱਪਰ ਇੱਕ ਨਗਰਪਿੰਡ ਪੈਂਦਾ ਬੂਟੇਵਾਲਾ ਪਿੰਡ ਬੂਟੇਵਾਲੇ ਦੇ ਨਾਲ ਹੀ ਹੈ ਰੇਲਵੇ ਸਟੇਸ਼ਨ ਉਸ ਰੇਲਵੇ ਸਟੇਸ਼ਨ ਦੇ ਉੱਪਰ ਇਹ ਟਾਲੀ ਹੈ ਤੇ ਜਿਹੜੀ ਇਸ ਟਾਲੀ ਤੋਂ ਇੱਕ ਪਹਿਲੀ ਟਾਲੀ ਇੱਕ ਹੋਰ ਸੀ ਜਿਨੇ ਆਪਣਾ ਆਪਾ ਲੋਕਾਂ ਤੋਂ ਕੁਰਬਾਨ ਕਰ ਦਿੱਤਾ ਉਹਦੇ ਸ਼ਾਟ ਵੀ ਅਸੀਂ ਲੈ ਚੁੱਕੇ ਆਂ ਵੀ ਉਹ ਤੁਸੀਂ ਕਰੀਬ ਉਸ ਸ਼ਾਟ ਨੂੰ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਉਹ ਟਾਲੀ ਕਿਹੜੀ ਹੈ ਉਹ ਟਾਲੀ ਜਦੋਂ ਖਤਮ ਹੋ ਗਈ ਅੰਦਰੋਂ ਜਦੋਂ ਬਿਲਕੁਲ ਖੋਖਲੀ ਹੋ ਗਈ ਤੇ ਕਿਲ ਵੀ ਠੁਕਣੋ ਨਾ ਰਹੇ ਤੇ ਫਿਰ ਲੋਕਾਂ ਨੇ ਇਸ ਟਾਲੀ ਦਾ ਸਹਾਰਾ ਲਿਆ ਜਿੱਥੇ ਹੁਣ ਅਸੰਖਾਂ ਹੀ ਕਹਿ ਦੇਵਾਂ ਵੀ ਕਿਲ ਠੁਕੀ ਹੋਈ ਹੈ ਇੱਥੋਂ ਤੱਕ ਦਰਸ਼ਕੋ ਤੁਹਾਨੂੰ ਦਿਖਾ ਦੇਵਾਂ ਕੈਮਰੇਬੰਦ ਨੂੰ ਵੀਰ ਨੂੰ ਕਾਂਗਾ ਵੀ ਦਿਖਾ ਦੇ ਵੀ ਇੱਥੇ ਹੁਣ ਪੂਜਾ ਹੋਣੀ ਵੀ ਸ਼ੁਰੂ ਹੋ ਗਈ ਹੈ ਆ ਦਰਸ਼ਕੋ ਤੁਸੀਂ ਦੇਖ ਰਹੇ ਹੋ ਲੂਨ ਦਾ ਪੈਕਟ ਲੂਨ ਦਾ ਪੈਕਟ ਵੀ ਇੱਥੇ ਪਿਆ ਹੋਇਆ ਹੈ ਤੁਸੀਂ ਆਪ ਦੇਖ ਰਹੇ ਹੋ ਤੇ ਟੋਪੀ ਵਾਲੇ ਕਿੱਲ ਕਿੱਡੇ-ਕਿੱਡੇ ਮੋਟੇ ਦੇਖੋ ਤੁਸੀਂ ਉਂਗਲ-ਉਂਗਲ ਜਿੱਡੇ ਇੰਚ-ਇੰਚੀ ਦੇ ਕਿੱਲ ਜਿਹੜੇ ਨੇ ਉਹ ਇਸ ਟਾਲੀ ਦੇ ਵਿੱਚ ਠੋਕੇ ਪੈ ਨੇ ਇਹ ਅਸੀਂ ਕਹਿ ਸਕਦੇ ਹਾਂ ਵੀ ਇਹ ਅਸੀਂ ਗੁਰੂਆਂ ਦੀ ਧਰਤੀ ਦੇ ਉੱਪਰ ਆਂ ਜਿਸ ਧਰਤੀ ਦੇ ਉੱਪਰ ਮੇਰੇ ਗੁਰੂ ਸਹਬਾਨਾਂ ਦਾ ਪ੍ਰਕਾਸ਼ ਹੋਇਆ ਮੇਰੇ ਗੁਰੂ ਸਹਬਾਨਾਂ ਨੇ ਹੋਕਾ ਦਿੱਤਾ ਸੱਚ ਦਾ ਤੇ ਗੁਰਮਤ ਦਾ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੀਵਨ ਦੇ ਨਾਲ ਜੁੜਦੇ ਹੋਏ ਜਦੋਂ ਅਸੀਂ ਬਚਨ ਪੜ੍ਹਦੇ ਆਂ ਨਾ ਸਤਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਨ ਹੋਇਆ ਉਹ ਜਿਹੜੀ ਧੁੰਦ ਕਿਹੜੀ ਸੀ ਅਗਿਆਨਤਾ ਦੀ ਉਹ ਸੀ ਕੂੜ ਦੀ ਉਹ ਸੀ ਝੂਠ ਦੀ ਜਦੋਂ ਧਰਤੀ ਨੇ ਪੁਕਾਰ ਕੀਤੀ ਅਕਾਲ ਪੁਰਖ ਪਰਮੇਸ਼ਰ ਪ੍ਰਮਾਤਮਾ ਦੇ ਅੱਗੇ ਤੇ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਤੇ ਜਦੋਂ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਮਹਿਤਾ ਕਲਿਆਨ ਦਾਸ ਦੇ ਘਰ ਦੇ ਅੰਦਰ ਹੁੰਦਾ ਤੇ ਉਦੋਂ ਅਗਿਆਨਤਾ ਦਾ ਹਨੇਰਾ ਅਗਿਆਨਤਾ ਦੀ ਧੁੰਦ ਤੇ ਝੂਠ ਦਾ ਬੋਲਬਾਲਾ ਸਭ ਖਤਮ ਹੋ ਜਾਂਦਾ ਹੈ ਤੇ ਇਸ ਵਾਸਤੇ ਗੁਰਮਖ ਪਿਆਰਿਓ ਅੱਜ ਕਹਿਣਾ ਪਵੇਗਾ ਉਹੀ ਕੂੜ ਉਹੀ ਧੁੰਦ ਤੇ ਉਹੀ ਝੂਠ ਦਾ ਪਸਾਰਾ ਇਸ ਗੁਰੂਆਂ ਦੀ ਧਰਤੀ ਦੇ ਉੱਪਰ ਦੁਬਾਰਤੋਂ ਫਿਰ ਚਾਹ ਸ਼ਾ ਚੁੱਕਾ ਹੈ ਤੁਸੀਂ ਆਪਣੀਆਂ ਅੱਖਾਂ ਦੇ ਨਾਲ ਦੇਖ ਸਕਦੇ ਹੋ ਇਹ ਪੰਜਾਬ ਦੀ ਧਰਤੀ ਹੈ ਜਿੱਥੇ ਕਹਿੰਦੇ ਆਂ ਵੀ ਅਸੀਂ ਗੁਰੂਆਂ ਦੀ ਧਰਤੀ ਦੇ ਵਸਦੇ ਆਂ ਅਸੀਂ ਗੁਰੂਆਂ ਦੇ نزدਕੀਆਂ ਅਸੀਂ ਗੁਰੂ ਦੇ ਨਾਲ ਜੁੜੇ ਹੋਏ ਗੁਰੂ ਸਿਧਾਂਤ ਨਾਲ ਜੁੜੇ ਹੋਏ ਆਂ ਜੇ ਅਸੀਂ ਸਾਰੇ ਦਾਵਾ ਕਰਦੇ ਆਂ ਵੀ ਅਸੀਂ ਗੁਰੂ ਸਿਧਾਂਤ ਨਾਲ ਜੁੜੇ ਹਾਂ ਮਾਲਕ ਨਾਲ ਜੁੜੇ ਹਾਂ ਤੇ ਫਿਰ ਆਹ ਕਰਮकांड ਕਿੱਥੋਂ ਆ ਗਿਆ ਆਹ ਕਰਮकांड ਅਸੀਂ ਕਿੱਥੋਂ ਵੇਖ ਲਿਆ ਵੀ ਜਿਸ ਦਰਖਤ ਨੂੰ ਅਸੀਂ ਪਾਲਣਾ ਸੀ ਸੰਭਾਲਣਾ ਸੀ ਜਿੰਨੇ ਸਾਡੀ ਰੱਖਿਆ ਕਰਨੀ ਸੀ ਤੇ ਅਸੀਂ ਉਹਨੂੰ ਹੀ ਵਿੰਨ ਕੇ ਰੱਖ ਦਿੱਤਾ ਉਹਦਾ ਉਹਦੇ ਕਤਲ ਬਣ ਗਿਆ ਅਸੀਂ ਉਹਨਾਂ ਦਰਖਤਾਂ ਦੇ ਕਾਤਲ ਬਣ ਗਏ ਅੱਜ ਉਹੀ ਦਰਖਤਾਂ ਨੂੰ ਅਸੀਂ ਮੇਖਾਂ ਦੀਆਂ ਗੋਲੀਆਂ ਦੇ ਨਾਲ ਵਿੰਨ ਕੇ ਆ ਉਸ ਮਰਤਕ ਦੇਹ ਨੂੰ ਅਸੀਂ ਵਿਛਾ ਕੇ ਰੱਖ ਦਿੱਤਾ ਹੈ ਅਸੰਖਾਂ ਦੇ ਹਿਸਾਬ ਦੇ ਨਾਲ ਇੱਥੇ ਕਿੱਲ ਵਿਸ਼ੇ ਹੋਏ ਐ ਤੇ ਕਿਵੇਂ ਅਸੀਂ ਕਹਿ ਸਕਦੇ ਹਾਂ ਅਸੀਂ ਗੁਰੂਆਂ ਦੀ ਧਰਤੀ ਦੇ ਵਸਨੀਕਾਂ ਤੇ ਗੁਰੂ ਸਾਹਿਬ ਜੀ ਨੇ ਸਾਨੂੰ ਅਗਿਆਨਤਾ ਦੇ ਵਿੱਚੋਂ ਕੱਢਿਆ ਪਰ ਅਸੀਂ ਨਿਕਲੇ ਨਹੀਂ ਜਿੰਨਾ ਮਰਜੀ ਬੇਸ਼ੱਕ ਪ੍ਰਚਾਰ ਕਾਜ ਹੋ ਰਿਹਾ ਹੈ ਪ੍ਰਚਾਰ ਹੋ ਰਿਹਾ ਹੈ ਇਸ ਧਰਤੀ ਦੇ ਉੱਪਰ ਪ੍ਰਚਾਰਕ ਸੱਚ ਦਾ ਹੋਕਾ ਤੇ ਸੱਚ ਦੇ ਪ੍ਰਚਾਰ ਨੂੰ ਅਗਾਂਹ ਲੈ ਕੇ ਤੁਰੰਦਾ ਯਤਨ ਕਰ ਰਹੇ ਨੇ ਕੀ ਸਾਡੇ ਤੇ ਉਹਨਾਂ ਦਾ ਅਸਰ ਹੋ ਰਿਹਾ ਸੀ ਅਮਲ ਕਰ ਰਹੇ ਆ ਉਹ ਪ੍ਰਚਾਰਕ ਤੇ ਉਸ ਗੁਰੂ ਦੇ ਸਿਧਾਂਤ ਦੇ ਅਸੀਂ ਚੱਲਣ ਦਾ ਦਾਵਾ ਕਰ ਰਹੇ ਆ ਜੰਮਣ ਤੋਂ ਲੈ ਕੇ ਮਰਨ ਤੱਕ ਇਨਸਾਨ ਦੀ ਜ਼ਿੰਦਗੀ ਦੇ ਅੰਦਰ ਕਰਮਕਾਂਡ ਹੀ ਹੁੰਦੇ ਆ ਕਰਮਕਾਂਡ ਤੇ ਜੰਮਣ ਤੋਂ ਪਹਿਲਾਂ ਦੇਖੋ ਕਿਸ ਤਰੀਕੇ ਦੇ ਨਾਲ ਅਸੀਂ ਜਾਣੇ ਆ ਬਾਬਿਆਂ ਨੂੰ ਪੁੱਛਣ ਤੇ ਉਦੋਂ ਬਾਅਦ ਦੇ ਵਿੱਚ ਕਿਸ ਤਰੀਕੇ ਦੇ ਨਾਲ ਅਸੀਂ ਬਾਬਿਆਂ ਤੋਂ ਜਾ ਕੇ ਉਹਦਾ ਨਾਮ ਰਖਾਉਨੇ ਆ ਅਸਲ ਬਾਬੇ ਧੰਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਆਧਾਰ ਤੋਂ ਅਸੀਂ ਨਾਮ ਬੱਚੇ ਦਾ ਨਹੀਂ ਕੜਵਾਉਂਦੇ ਬੱਚੇ ਦਾ ਜੇ ਅਸੀਂ ਆਨੰਦ ਸੰਸਕਾਰ ਕਰਦੇ ਆ ਆਨੰਦ ਕਾਰਜ ਹੁੰਦੇ ਵਿਆਹ ਹੁੰਦਾ ਜ਼ਿੰਦਗੀ ਦੇ ਅੰਦਰ ਪਰ ਜਵਾਨੀ ਅੰਦਰ ਤੇ ਉੱਥੇ ਵੀ ਕਿਤੇ ਨਾ ਕਿਤੇ ਬਹੁਤ ਵੱਡੀ ਗਿਣਤੀ ਦੇ ਅੰਦਰ ਅਸੀਂ ਕਰਮਕਾਂਢੀ ਬਣ ਜਾਂਦੇ ਆ ਤੇ ਜਦੋਂ ਇਨਸਾਨ ਇਸ ਦੁਨੀਆ ਤੋਂ ਰੁਖਸਤ ਹੋ ਜਾਂਦਾ ਹੈ ਤੇ ਕਹਿੰਦੇ ਵੀ ਦੁਨੀਆ ਤੋਂ ਤੁਰ ਜਾਣ ਤੋਂ ਬਾਅਦ ਦੇ ਵਿੱਚ ਵੀ ਇਨਸਾਨ ਕਰਮ ਕਾਂਡਾਂ ਦੇ ਨਾਲ ਹੀ ਵਜਾ ਰਹਿ ਜਾਂਦਾ ਹੈ ਨੇੜੇ ਹੀ ਇੱਥੇ ਹਰੀ ਕਾ ਪਤਨ ਪੈ ਜਾਂਦਾ ਹੈ ਦਰਸ਼ਕੋ ਮੈਂ ਜਦੋਂ ਆਪਣੀਆਂ ਅੱਖਾਂ ਦੇ ਨਾਲ ਦੇਖਦਾ ਕਈ ਪਰਿਵਾਰ ਐਸੇ ਆਉਂਦੇ ਐ ਬੱਸਾਂ ਤੋਂ ਉਤਰਦੇ ਐ ਤੇ ਆਪਣੇ ਬਜ਼ੁਰਗ ਮਾਂ ਨੂੰ ਜਾਂ ਬਾਪ ਨੂੰ ਉਹ ਪੁੱਤ ਕਹਿੰਦਾ ਮੈਂ ਕੰਨੀ ਸੁਣਿਆ ਕਹਿੰਦਾ ਵੀ ਬਾਪੂ ਉਤਰ ਜਿੱਥੇ ਆਪਾਂ ਆਉਣਾ ਸੀ ਪਹੁੰਚ ਗਏ ਥੱਲੇ ਉਤਰ ਹੱਥ ਦੇ ਵਿੱਚ ਉਹ ਜਿਹੜਾ ਝੋਲਾ ਫੜਿਆ ਹੁੰਦਾ ਫੁੱਲਾਂ ਵਾਲਾ ਤੇ ਫਿਰ ਸਭ ਤੋਂ ਪਹਿਲਾਂ ਚਾਹ ਚਾਬਨ ਵਾਂਕੇ ਉਸ ਨਾਮ ਦੀ ਢੋਲੀ ਜਾਂਦੀ ਹੈ ਬਾਅਦ ਵਿੱਚ ਉੱਥੇ ਫਿਰ ਉਹਨਾਂ ਦੇ ਫੁੱਲ ਪਾਏ ਜਾਂਦੇ ਆ ਮੇਰੇ ਕਹਿਣ ਦਾ ਮਤਲਬ ਹੈ ਇਨਸਾਨ ਦੀ ਜ਼ਿੰਦਗੀ ਦੇ ਅੰਦਰ ਕਰਮਕਾਂਡ ਹੀ ਕਿਉਂ ਨੇ ਸਾਰੀ ਗੱਲਬਾਤ ਕਰਾਂਗੇ ਅਸੀਂ ਇਸ ਟਾਲੀ ਦੇ ਬਾਰੇ ਇਲਾਕੇ ਦੇ ਮੋਤਬਾਰਾਂ ਨੂੰ ਅਸੀਂ ਪੁੱਛਣ ਦਾ ਯਤਨ ਕਰਾਂਗੇ ਵੀ ਇਹ ਕਦੋਂ ਕਦਾ ਇਹ ਕਰਮਕਾਂਡ ਲੋਕਾਂ ਦੇ ਅੰਦਰ ਜਿਹੜਾ ਛਾਇਆ ਹੋਇਆ ਹੈ ਤੇ ਤੁਸੀਂ ਇਹਦੇ ਤੇ ਕਿੰਨੀ ਕੁ ਸੱਚਾਈ ਜਾਣਦੇ ਹੋ ਵੀ ਇਹ ਮੇਖਾਂ ਠੋਕਣ ਦੇ ਨਾਲ ਅਸਲ ਲੋਕਾਂ ਦੀਆਂ ਜਾੜਾਂ ਦਰਦ ਜਿਹੜੀਆਂ ਹੁੰਦੀਆਂ ਨੇ ਉਹਨਾਂ ਤੋਂ ਰਮਾਨ ਆਉਂਦਾ ਜੇ ਇਸੇ ਤਰੀਕੇ ਦੇ ਨਾਲ ਜਾੜਾਂ ਤੋਂ ਆਰਾਮ ਆਉਂਦਾ ਹੋਵੇ ਤੇ ਫਿਰ ਪੰਚਮ ਪਾਦਸ਼ਾਹ ਧੰਗੁਰ ਅਰਜਨ ਦੇਵ ਮਹਾਰਾਜ ਸੱਚੇ ਪਾਦਸ਼ਾਹ ਜੀ ਨੂੰ ਇੱਕ ਕੁਸਤ ਰੋਗ ਖੋਲਣ ਦੀ ਫਿਰ ਲੋੜ ਨਹੀਂ ਸੀ ਕੋੜ ਖਾਨਾ ਖੋਲਣ ਦੀ ਲੋੜ ਨਹੀਂ ਸੀ ਤਰਨ ਤਰਨ ਸਾਹਿਬ ਦੀ ਧਰਤੀ ਦੇ ਉੱਪਰ ਫਿਰ ਗੁਰੂ ਸਾਹਿਬ ਜੀ ਵੀ ਐਸਾ ਸਾਨੂੰ ਦੱਸ ਸਕਦੇ ਸਨ ਵੀ ਮੇਖ ਚੁੱਕੋ ਤੇ ਕਿਸੇ ਦਰਖਤ ਦੇ ਵਿੱਚ ਠੋਕ ਦਿਓ ਐਸਾ ਸਾਨੂੰ ਕਹਿ ਸਕਦੇ ਸਨ ਪਰ ਨਹੀਂ ਸਤਵੇਂ ਪਾਤਸ਼ਾਹ ਗੁਰੂ ਹਰਾਈ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਦਰਸ਼ਕੋ ਤੁਹਾਨੂੰ ਦੱਸਦੇ ਆ ਵੀ ਕੀਰਤਪੁਰ ਸਾਹਿਬ ਦੀ ਧਰਤੀ ਤੇ દવાਖਾਨਾ ਖੋਲਿਆ ਤੇ ਮੇਰੇ ਮਾਲਕ ਜੀ ਨੇ ਕਿਹਾ ਵੀ ਅੰਦਰ ਦੇ ਰੋਗ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੀ ਪਾਵਨ ਪਵਿੱਤਰ ਬਾਣੀ ਖਤਮ ਕਰਦੀ ਹੈ ਨਿਰੋਗਤਾ ਵਾਲਾ ਜੀਵਨ ਤੈਨੂੰ ਮਿਲ ਜਾਏਗਾ ਅੰਦਰ ਤੇਰੇ ਸਹਿਜਤਾ ਆ ਜਾਏਗੀ ਅੰਦਰ ਤੇਰਾ ਨਿਰਮਲ ਹੋ ਜਾਏਗਾ ਤੇ ਗੁਰੂ ਸਾਹਿਬ ਜੀ ਕਹਿੰਦੇ ਜੇ ਕਿਤੇ ਤੈਨੂੰ ਤਨ ਦੇ ਰੋਗ ਲੱਗੇ ਹੋਣ ਕਿਤੇ ਰੱਖੀ ਕਿਤੇ ਨਾ ਕਿਤੇ ਦੁਨਿਆਵੀ ਜੜੀਆਂ ਬੂਟੀਆਂ ਦਾ ਸਹਾਰਾ ਵੀ ਤੈਨੂੰ ਲੈਣਾ ਪੈਗਾ ਇਤਿਹਾਸ ਪੜਦੇ ਆ ਸੁਣਦੇ ਆ ਤੇ ਇਤਿਹਾਸ ਦੇ ਵਿੱਚ ਦਸਮ ਪਾਤਸ਼ਾਹ ਜੀ ਦੇ ਪਵਨ ਚਰਨਾਂ ਵਿੱਚ ਵੈਦ ਸੁਜਾਨ ਸਿੰਘ ਆਉਂਦਾ ਹੈ ਵੈਦ ਸੁਜਾਨ ਅੰਮ੍ਰਿਤ ਪਾਨ ਕਰਕੇ ਤੇ ਸਿੰਘ ਸਜਦਾ ਤੇ ਮੇਰੇ ਮਾਲਕ ਤੋਂ ਆਗਿਆ ਲੈਂਦਾ ਕਿਹੜੀ ਸੇਵਾ ਮਹਾਰਾਜ ਸੱਚੇ ਪਾਤਸ਼ਾਹ ਜੀ ਕਰਾਂ ਗੁਰੂ ਸਾਹਿਬ ਕਹਿੰਦੇ ਦੋ ਪ੍ਰਕਾਰ ਦੀ ਸੇਵਾ ਇੱਕ ਤਾਂ ਮਨ ਪਾਉਂਦੀ ਏਕ ਗੁਰੂ ਪਾਉਂਦੀ ਕਹਿ ਲੱਗਾ ਮਹਾਰਾਜ ਆਪ ਜੀ ਦੀ ਜਿਹੜੀ ਪੌਂਦੀ ਉਹ ਸੇਵਾ ਕਰਾਂਗਾ ਮੈਂ ਮਨ ਪੌਂਦੀ ਸੇਵਾ ਕਿਉਂ ਕਰਾਂ ਤੇ ਮੇਰੇ ਮਾਲਕ ਜੀ ਨੇ ਕਿਹਾ ਹੁਣ ਜਿਸ ਪਾਸੇ ਤੇਰਾ ਮੁਖ ਹੈ ਉਸੇ ਪਾਸੇ ਦੌੜ ਜਾ ਭੱਜਾ ਜਾ ਜਿੱਥੇ ਤੈਨੂੰ ਸਾਹ ਚੜੇਗਾ ਉੱਥੇ ਰੁਕ ਜੀ ਛੰਨ ਪਾਲੀ ਤੇ ਤੂੰ ਵੈਦਾਂ ਤੇ ਜੜੀਆਂ ਬੂਟੀਆਂ ਦੇ ਨਾਲ ਲੋਕਾਂ ਦੀ ਤੂੰ ਸੇਵਾ ਕਰੀ ਐਸੇ ਇਤਿਹਾਸ ਦੇ ਵਿੱਚ ਪੱਖਸਾਂ ਨੂੰ ਬਹੁਤ ਮਿਲ ਜਾਂਦੇ ਆ ਪਰ ਇਸ ਟਾਲੀ ਦੇ ਨਾਲ ਕੀ ਪੱਖ ਹੈ ਕਿੰਨੇ ਕੁ ਲੋਕਾਂ ਨੂੰ ਆਰਾਮ ਮਿਲਦਾ ਸਭ ਕੁਝ ਜਾਣਨ ਦਾ ਯਤਨ ਕਰਾਂਗੇ ਇਲਾਕੇ ਦੇ ਮੋਤਵਾਰ ਵੀਰਾਂ ਦੇ ਨਾਲ ਸਾਡੇ ਸਤਕਾਰਯੋਗ ਸਿੰਘ ਸਹਿਬਾਨਾਂ ਦੇ ਨਾਲ ਅਸੀਂ ਜਾਣਨ ਦਾ ਯਤਨ ਕਰਦੇ ਹਾਂ ਸਭ ਤੋਂ ਪਹਿਲਾਂ ਇਹਨਾਂ ਦਾ ਸਵਾਗਤ ਕਰਦੇ ਹਾਂ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਬਾਬਾ ਜੀ ਇਹ ਦੱਸ ਦਿਓ ਵੀ ਇਹ ਲੱਖਾਂ ਦੇ ਹਸਾਬ ਦੇ ਨਾਲ ਟਾਲੀ ਦੇ ਅੰਦਰ ਕਿੱਲ ਠੁਕੇ ਆ ਜਿਹੜੇ ਇਹ ਲੋਕ ਕਿਉਂ ਠੋਕੇ ਜਾਂਦੇ ਆ ਸੱਚੀ ਝਾੜ ਕਰਕੇ ਠੋਕੇ ਜਾਂਦੇ ਆ ਜਾਂ ਕੋਈ ਹੋਰ ਰੋਗ ਲੱਗਾ ਹੋਵੇ ਤਾਂ ਵੀ ਠੋਕੇ ਜਾਂਦੇ ਆ ਇਹ ਜੀ ਜਿਹੜੇ ਕੇਲਾ ਸਿਰਫ ਝਾੜ ਕਰਕੇ ਠੋਕੇ ਜਾਂਦੇ ਆ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਉਹ ਤੋਂ ਦੇਖਦੇ ਸੀਗੇ ਜਿਵੇਂ ਤੁਸੀਂ ਇੱਕ ਹੋਰ ਟਾਲੀ ਪੱਲਾ ਦੇਖੀ ਆ ਲੇਕਿਨ ਉਸ ਤੋਂ ਪਹਿਲਾਂ ਇੱਕ ਟਾਲੀ ਹੋਰ ਹੁੰਦੀ ਸੀਗੀ ਤੁਸੀਂ ਦੋ ਟਾਲੀ ਦਾ ਜ਼ਿਕਰ ਕੀਤਾ ਤੀਜੀ ਟਾਲੀ ਆਏ ਇੱਕ ਜਿਹੜੀ ਟਾਲੀ ਪਹਿਲੀ ਸੀ ਉਹ ਬਿਲਕੁਲ ਖਤਮ ਹੋ ਗਈ ਆ ਦੂਸਰੀ ਟਾਲੀ ਜਿਹਦਾ ਕੁਝ ਮੋਲ ਬਚਿਆ ਵਾ ਅੱਛਾ ਤੀਸਰੀ ਟਾਲੀ ਜਿਹੜੀ ਕਿ ਨਾਨਾ ਵਿੰਨੀ ਜਿਹੜੀ ਕਿਲ ਠੋਠੋ ਕੇ ਲੋਕਾਂ ਨੇ ਜਿਹੜੀ ਇਹ ਖਤਮ ਕਰ ਦਿੱਤੀ ਆ ਸਿਰਫ ਇੱਕ ਜਿਹਾ ਅਗਿਆਨਤਾ ਦਾ ਇੱਕ ਹੀ ਵਿਸ਼ਵਾਸ ਹੈ ਕਿ ਇਹਦੇ ਨਾਮ ਜਾੜ ਜਿਹੜੀ ਆ ਉਹ ਠੀਕ ਹੁੰਦੀ ਆ ਲੇਕਿਨ ਮੈਂ ਆਪਣੀ ਇੰਨੀ ਉਮਰ ਦੀ ਵਿੱਚ ਅੱਜ ਤੱਕ ਛੋਟੇ ਹੁੰਦੇ ਤਾਂ ਲੈ ਕੇ ਤੀਜੀ ਟਾਲੀ ਖਤਮ ਹੋਈ ਆ ਪਰ ਅਜ ਤੱਕ ਮੈਂ ਕਿਸੇ ਤੋਂ ਨਹੀਂ ਸੁਣਿਆ ਵੀ ਮੈਂ ਠੀਕ ਹੋ ਜਾਵਾਂ ਕਿਲਾ ਠੋਕਿਆ ਆ ਡਾਕਟਰ ਇੱਥੇ ਖੜੇ ਸਾਂ ਵੀ ਇੱਥੇ ਕਈ ਰਾਗੀ ਰਾਈ ਟ੍ਰੇਨ ਵੀ ਲੰਗੀ ਤੇ ਆਪਾਂ ਕਈਆਂ ਨੂੰ ਪੁੱਛਣ ਦਾ ਯਤਨ ਕੀਤਾ ਵੀ ਤੁਹਾਨੂੰ ਆਰਾਮ ਮਿਲਿਆ ਕਹਿੰਦੇ ਆਰਾਮ ਦਾ ਤਾਂ ਪਤਾ ਨਹੀਂ ਪਰ ਸੁਣਿਆ ਵੀ ਲੋਕ ਇੱਥੇ ਕਿਲ ਠੋਕੇ ਜਾਂਦੇ ਆ ਹਾਏ ਹੋਏ ਗੱਲ ਹੀ ਇਹਨਾਂ ਤੁਹਾਡੇ ਸਾਹਮਣੇ ਗੱਲ ਹੋਈ ਆ ਬ ਲੋਕਾਂ ਨੇ ਗੱਲ ਕਹੀ ਆ ਵੀ ਅਸੀਂ ਕਿਲ ਠੋਕਦੇ ਤਾਂ ਸੁਣਿਆ ਵਾਂ ਵੀ ਜਾੜ ਵਾਸਤੇ ਠੋਕਦੇ ਆ ਪਰ ਅਸੀਂ ਕੋਈ ਠੀਕ ਹੋ ਜਾ ਹੁਣ ਜਾਂ ਨਹੀਂ ਸੁਣਿਆ ਇਹਦਾ ਮਤਲਬ ਇਹ ਆ ਵੀ ਇਹ ਚੱਲੀ ਮਗਰ ਭੱਲੀ ਵਾਲੀ ਗੱਲ ਆ ਜਿਹੜੀ ਆ ਗਿਆਨਤਾ ਉਹ ਜਿਆਦੀ ਬਹੁਤ ਜਿਆਦਾ ਸਾਡੇ ਲੋਕਾਂ 'ਚ ਫੈਲੀ ਹੋਈ ਆ ਇਸੇ ਕਰਕੇ ਜਿਹੜਾ ਇੱਕ ਵੇਖੋ ਵੇਖ ਕੇ ਕਿਲ ਠੋਕ ਦਿੰਦੇ ਆ ਵੀ ਸ਼ਾਇਦ ਕਿਲ ਠੋਕੇ ਦੇ ਨਾਲ ਆਰਾਮ ਆਵੇ ਕਿਲ ਠੋਕਣ ਦੇ ਨਾਲ ਆਰਾਮ ਤਾਂ ਕਿਸੇ ਨੇ ਅਜੇ ਤੱਕ ਨਹੀਂ ਆਇਆ ਕਿਉਂਕਿ ਅਜੇ ਤੱਕ ਦਾਵਾ ਨਹੀਂ ਕੋਈ ਕਰ ਸਕਦਾ ਤੇ ਮੈਨੂੰ ਆਰਾਮ ਆਇਆ ਵਾ ਪਰ ਇਹਨਾਂ ਦੇ ਰਖਤਾਂ ਦੀ ਜਾਂਚ ਜ਼ਰੂਰ ਚੱਲੇਗੀ ਆ ਜਿੱਥੇ ਹਜ਼ਾਰਾਂ ਪੰਛੀਆਂ ਨੇ ਰਹਿਣਾ ਸੀਗਾ ਇੱਥੇ ਸਟੇਸ਼ਨ ਤੇ ਆਉਣ ਵਾਲੀਆਂ ਸਵਾਰੀਆਂ ਨੇ ਰਹਿਣਾ ਸੀ ਜਿਨ੍ਹਾਂ ਨੇ ਗਰਮੀ ਦੇ ਵਿੱਚ ਸੁੱਖ ਦਾ ਸਾਲ ਨਹੀਂ ਹਣ ਜਾਤ ਪੋ ਨਹੀਂ ਠੰਡੀ ਛਾਤ ਹਲੇ ਬਹਿਣਾ ਸੀਗਾ ਉਹ ਸਵਾਰੀਆਂ ਜਿਹੜੀਆਂ ਠੰਡੀ ਥਾਂ ਤੋਂ ਮੰਜੇ ਧੋਖੀਆਂ ਜਿਹੜੇ ਕੋਈ ਪੰਛੀਆਂ ਨੇ ਬਹਿ ਕੇ ਉੱਤੇ ਆਲ ਨੇ ਪਾਉਣੇ ਜਾਂ ਬਹਿਣਾ ਹੈ 10 ਮੀਟਰ ਸਫ਼ਰ ਕਰਨਾ ਹੈ ਪੰਛੀਆਂ ਨੇ ਉਹ ਪੰਛੀ ਤਾਂ ਵਾਂਝੇ ਹੋ ਗਏ ਆ ਹਾਂਜੀ ਹੁਣ ਬਾਬਾ ਜੀ ਸਾਨੂੰ ਦਰਖਤ ਅੱਜ ਲਾਉਣ ਦੀ ਲੋੜ ਸੀ ਜਿਸ ਤਰੀਕੇ ਦੇ ਨਾਲ ਹੁਣ ਕੋਵਿਡ ਵਾਲਾ ਸਮਾਂ ਲੰਘਿਆ ਆਪਾਂ ਇਸ ਸਮੇਂ ਦੇ ਵਿੱਚੋਂ ਅੱਜ ਵੀ ਗੁਜ਼ਰ ਰਹੇ ਆ ਕਿਉਂਕਿ ਪ੍ਰਸ਼ਾਸਨਿਕ ਅਧਿਕਾਰੀਆਂ ਦੀਆਂ ਕੁਝ ਪਾਬੰਦੀਆਂ ਸਾਡੇ ਉੱਪਰ ਅੱਜ ਵੀ ਨੇ ਤੇ ਜਿਵੇਂ ਅਸੀਂ ਅਦਰ ਸਟੇਟਾਂ ਦੇ ਵਿੱਚ ਦੇਖਿਆ ਵੀ ਆਕਸੀਜਨ ਦੀ ਬੜੀ ਕਮੀ ਆਈ ਹੈ ਆਕਸੀਜਨ ਸਾਨੂੰ ਕਿਸੇ ਮੁੱਲ ਤੇ ਨਹੀਂ ਮਿਲੀ ਜਿਸ ਤਰੀਕੇ ਦੇ ਨਾਲ ਅਸੀਂ ਦਿੱਲੀ ਦੇ ਵਿੱਚ ਹਾਲ ਦੇਖਿਆ ਯੂਪੀ ਦੇ ਵਿੱਚ ਅਸੀਂ ਹਾਲ ਦੇਖਿਆ ਤੇ ਜੇ ਐਸੇ ਤਰੀਕੇ ਦੇ ਨਾਲ ਦਰਖਤਾਂ ਦਾ ਕਹਾਣ ਰਿਹਾ ਤੇ ਬਾਬਾ ਜੀ ਆਉਣ ਵਾਲਾ ਸਮਾਂ ਸਾਡੀ ਜ਼ਿੰਦਗੀ ਦਾ ਅੰਤਲਾ ਸਮਾਂ ਨਹੀਂ ਹੋਏਗਾ ਬਿਲਕੁਲ ਤੁਹਾਡੀ ਇਹ ਗੱਲ ਬਿਲਕੁਲ ਸੱਚਾਈ ਆ ਜਿਸ ਤਰ੍ਹਾਂ ਦਰਖਤਾਂ ਦੀ ਕਟਾਵੜੀ ਪੰਜਾਬ ਦੇ ਵਿੱਚ ਹੋ ਰਹੀ ਆ ਸਰਕਾਰ ਦੇ ਵੱਲੋਂ ਕੋਈ ਰੋਕ ਨਹੀਂ ਲਾਈ ਜਾ ਰਹੀ ਔਰ ਨਾ ਹੀ ਲੋਕਾਂ ਨੂੰ ਕੋਈ ਅਵੇਅਰਨੈਸ ਦਿੱਤੀ ਜਾ ਰਹੀ ਆ ਸਰਕਾਰ ਜਿਹੜੀ ਆ ਉਹ ਇੱਕ ਆਪ ਦੇ ਮਤਲਬ ਕਹ ਲਓ ਵੀ ਸਿਆਸੀ ਤੌਰ ਤੇ ਕੰਮ ਕਰਦੀ ਆ ਪੱਕੇ ਤੌਰ ਤੇ ਕੰਮ ਨਹੀਂ ਕਰਦੀ ਗੁਰੂ ਨਾਨਕ ਸਾਹਿਬ ਜੀ ਦੇ ਅਵਤਾਰ ਦਿਹਾੜੇ ਤੇ ਜਦੋਂ ਪਿੱਛੇ ਮਨਾਇਆ ਆਪਾਂ ਸੁਲਤਾਨਪੁਰ ਸਾਹਿਬ ਸਾਰਿਆਂ ਨੇ ਲੜਕੇ 550 ਸਾਲਾ ਉਹਦੇ ਤੇ ਆਪਾਂ 550 ਰੁੱਖ ਜਿਹੜੇ ਹਰੇਕ ਪਿੰਡ ਨੂੰ ਦਿੱਤੇ ਸਰਕਾਰ ਨੇ ਉਹ ਰੁੱਖ ਵੀ ਪਿੰਡਾਂ ਚ ਆਏ ਲੱਗਦੇ ਵੀ ਆਪਾਂ ਵੇਖੇ ਆ ਸਕਰੀਨਾਂ ਤੇ ਪਰ ਉਸ ਤੋਂ ਬਾਅਦ ਅੱਜ ਤੱਕ ਕੋਈ ਇੱਕ ਵੀ ਰੁੱਖ ਇਸ ਪਿੰਡ ਜਾ ਕੇ ਦੱਸ ਦਿਓ ਜਿਹੜਾ ਕਹਦੇ ਆ ਵੀ 550 ਸਾਲਾ ਤੇ ਲਾਇਆ ਸੀ ਬਿਲਕੁਲ ਇਹ ਵੱਡੀ ਗੱਲ ਆ ਵੇ ਸਾਡੇ ਲੋਕਾਂ ਦੀ ਇਸ ਬੰਨੇ ਵੇਅਰਨੈਸ ਜਿਆ ਕੀ ਤੇ ਜੇ ਹੁਣ ਇਹ ਕੋਵਿਡ ਦਾ ਸਮਾਂ ਆਇਆ ਵਾ ਤੇ ਸਭ ਤੋਂ ਵੱਡੀ ਜਿਹੜੀ ਦਿੱਕਤ ਆ ਉਹ ਆਕਸੀਜਨ ਦੀ ਕੱਲੀ ਦੀ ਆ ਗਈ ਆ ਉਹਨੇ ਦਵਾਈਆਂ ਦੀ ਅਸੀਂ ਨਹੀਂ ਸੁਣੀ ਜਿੰਨੇ ਆਕਸੀਜਨ ਦੀ ਘਾਟ ਜਿਹੜੀ ਆ ਅਸੀਂ ਟੈਲੀਵਿਜ਼ਨਾਂ ਦੇ ਵਿੱਚ ਮਤਲਬ ਹਰ ਤਰ੍ਹਾਂ ਕਰਕੇ ਸਾਡੇ ਪੈਨ ਭਰਾ ਜਿਹੜੇ ਜਿਨ੍ਹਾਂ ਨੂੰ ਕੋਈ ਸਤਾ ਕੋਈ ਹੋਈ ਤੇ ਉਹ ਤੜਫਦੇ ਵਿਖਿਆ ਗਿਆ ਵੀ ਆਕਸੀਜਨ ਦੀ ਬੜੀ ਲੋੜ ਵਾ ਆਕਸੀਜਨ ਖਾਤੋਂ ਪਹਿਲਾਂ ਪੈਦਾ ਕਿੰਨੇ ਕਰਨੀ ਆਸਾ ਕਰਨੀ ਆ ਹਾਂਜੀ ਬਹੁਤ ਬਹੁਤ ਦਰਖਤ ਲਾਈਏ ਰੁੱਖ ਲਾਈਏ ਜਿਨ੍ਹਾਂ ਤੋਂ ਆਕਸੀਜਨ ਪੈਦਾ ਹੋਵੇ ਤੇ ਤਾਂ ਕਿ ਸਾਨੂੰ ਜਿਹੜੀ ਆ ਇਹ ਕੋਈ ਮਤਲਬ ਆਕਸੀਜਨ ਦੀ ਘਾਟ ਨਾ ਹੋਵੇ ਮੇਰਾ ਇੱਕ ਹੋਰ ਖਿਆਲ ਵੀ ਜੇ ਵੇਖਿਆ ਜਿਵੇਂ ਜਿਵੇਂ ਆਪਣਾ ਜਿਹੜਾ ਨਾਰਮਲ ਲੈਵਲ ਆਕਸੀਜਨ ਦਾ ਤੇ ਜੇ ਕਿਸੇ ਆਪਾਂ ਡਾਕਟਰ ਤੋਂ ਚੈੱਕ ਕਰੀ ਜਿਨੂੰ ਆਮ ਆਕਸੀਜਨ ਚਾਹੀਦੀ ਉਸ ਤੋਂ ਹਰੇਕ ਦਾ ਘਟ ਹੀ ਹੋਊਗਾ ਹਾਂ ਕਿਉਂਕਿ ਸਾਡੇ ਦੇ ਵਿੱਚ ਬਹੁਤ ਜਿਹੜੀ ਆ ਇਹ ਮਤਲਬ ਘਟ ਵੱਜ ਇੱਥੇ ਬਹੁਤ ਜ਼ਿਆਦਾ ਰੁੱਖ ਵਾ ਜਿਵੇਂ ਆ ਹੁਣ ਬਾਦਰੋ ਦਾ ਮਹੀਨਾ ਵਾ ਆ ਹਮਸ ਕਿੰਨੀ ਪੈਦਾ ਹੋਈ ਆ ਆਪਾਂ ਨੂੰ ਇਸ ਖੜਿਆ ਨੂੰ ਹਮਸ ਪੈਦਾ ਹੋ ਰਹੀ ਆ ਅਲਿਕੇ ਬਦਲਵਾਈ ਦਾ ਸਮਾਂ ਵਾ ਪਰ ਮੈਂ ਤੇਰੇ ਨਾਲ ਵਾਦਾ ਕਰਦਾ ਵਾਂ ਉਹ ਇਲਾਕਾ ਜਿੱਥੇ ਬਹੁਤ ਜ਼ਿਆਦਾ ਦਰਖਤ ਹੋਣਗੇ ਹੁਣ ਆਪਾਂ ਤੇਲੇ ਜਗੇ ਤਾਪਮਨ ਇਸ ਤੋਂ ਵੀ ਵਧਾਊਗਾ ਲੇਕਰ ਆਪਾਂ ਉਥੇ ਹਮਸਤੇ ਗਰਮੀ ਪੈਦਾ ਨਹੀਂ ਹੋਗੀ ਇਹ ਜ਼ਿਆਦਾ ਕਾਰਨ ਇਹ ਆਕਸੀਜਨ ਆ ਕਿਉਂਕਿ ਇਥੇ ਆਕਸੀਜਨ ਦੀ ਘਾਟ ਵਾ ਤੇ ਆਕਸੀਜਨ ਜਿਹੜੀ ਸਾਡੇ ਰੁੱਖਾਂ ਤੋਂ ਹੀ ਮਿਲਣੀ ਆ ਤੇ ਰੁੱਖ ਰੁੱਖ ਲਾਵਾਂਗੇ ਤੇ ਤਾਈਂ ਆਕਸੀਜਨ ਮਿਲੂਗੀ ਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਵਾਤਾਵਰਨ ਰੁੱਖ ਲਾਈਏ ਬਾਬਾ ਜੀ ਜਿਸ ਤਰੀਕੇ ਦੇ ਨਾਲ ਇਹ ਟਾਲੀ ਤੁਸੀਂ ਦੇਖਿਆ ਤੁਸੀਂ ਕਹੇ ਵੀ ਸਾਡੀ ਜ਼ਿੰਦਗੀ ਦੇ ਅੰਦਰ ਪਹਿਲਾਂ ਖੜੀ ਸੀ ਤੇ ਹੁਣ ਇਹ ਟਾਲੀ ਜਿਹੜੀ ਹੈ ਇਹ ਵਿਸ਼ ਗਈ ਹੈ ਤੇ ਮੈਂ ਕਹਿੰਨਾ ਵੀ ਟਾਲੀ ਨਿਵੇਸ਼ੀ ਜਾਣਾ ਸੀ ਜਿਸ ਤਰੀਕੇ ਦੇ ਨਾਲ ਇਹਦਾ ਕਤਲ ਕੀਤਾ ਗਿਆ ਜਿਸ ਤਰੀਕੇ ਦੇ ਨਾਲ ਇਹਦੀ ਹਿੱਕ ਦੇ ਅੰਦਰ ਕਿਲ ਠੋਕੇ ਗਿਆ ਵੀ ਕਿੱਡੇ ਟੋਪੀ ਵਾਲੇ ਕਿਲ ਇਹਦੇ ਵਿੱਚ ਠੋਕੇ ਗਏ ਨੇ ਆਪਾਂ ਇੱਥੇ ਲੂਣ ਵਾਲੀ ਵੀ ਥੈਲੀ ਦੇਖੀ ਹੈ ਤੁਹਾਨੂੰ ਲੱਗਦਾ ਨਹੀਂ ਵੀ ਇਸੇ ਤਰੀਕੇ ਦੇ ਨਾਲ ਜੇ ਰਿਆ ਤੇ ਇਹਦੀ ਪੂਜਾ ਕਿਸੇ ਵੱਡੇ ਤਰੀਕੇ ਦੇ ਨਾਲ ਵੀ ਹੋ ਸਕਦੀ ਹੈ ਨੇ ਜੀ ਇਹ ਤਾਂ ਇਸ ਤੋਂ ਪਹਿਲਾਂ ਵੀ ਹੋ ਜਾਣੀ ਸੀ ਦਾ ਕਾਰਨ ਇੱਕ ਵੀ ਸੈਂਟਰ ਗਵਰਨਮੈਂਟ ਦਾ ਥਾਂ ਵਾ ਹੋ ਸਕਦਾ ਪੰਜਾਬ ਸਰਕਾਰ ਦਾ ਹੁੰਦਾ ਤੇ ਕਿਸੇ ਮੰਤਰੀ ਨੂੰ ਕਹੇ ਕਿ ਲੈ ਲੈਂਦਾ ਕਿਉਂਕਿ ਜਿਸ ਤਰ੍ਹਾਂ ਆਪਾਂ ਦੇਖਦੇ ਆਂ ਪਿੱਛੇ ਵੀ ਵਿਖਿਆ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਬੇਜਬੀ ਹੁੰਦੀ ਆ ਜਾਂ ਕੋਈ ਬਾਬਾ ਦੀਪ ਸਿੰਘ ਦਾ ਨਾਂ ਦੇ ਗੱਦੀ ਲਾਉਣ ਦੀ ਕੋਸ਼ਿਸ਼ ਕਰਦਾ ਉਹ ਤੇੜਾ ਪੁਲਿਸ ਪ੍ਰਸ਼ਾਸਨ ਦਾ ਦੋਸ਼ੀ ਦੇ ਨਾਲ ਖੜ ਜਾਂਦਾ ਆਪਾਂ ਸ਼ਰਿਆਮੇ ਦੇਖਿਆ ਵਾ ਉਹ ਸਿੱਖ ਜਿਹੜੇ ਗੁਰੂ ਦੇ ਪਿਆਰੇ ਜਿਹੜੇ ਗੁਰੂ ਦੀ ਖਾਤਰ ਉਥੇ ਧਰਨੇ ਲਾਉਂਦੇ ਆ ਪਰਦਸ਼ਨ ਕਰਦੇ ਆ ਆਖਰ ਜਾ ਕੇ ਉਹਨਾਂ ਨੂੰ ਇਨਸਾਫ਼ ਮਿਲ ਜਾਂਦਾ ਪਰ ਜਿਹੜੀ ਪ੍ਰਸ਼ਾਸਨ ਦੀ ਜਾਂ ਸਰਕਾਰ ਦੀ ਡਿਊਟੀ ਬੰਦੀ ਆ ਉਹ ਜਿਹੜੀ ਆ ਉਹ ਨਹੀਂ ਇਹ ਸਿਰਫ ਸੈਂਟਰ ਗਵਰਨਮੈਂਟ ਦਾ ਥਾਂ ਕਰਕੇ ਹੀ ਇਹ ਥਾਂ ਬਜਿਆ ਜਿਹੜਾ ਵਾ ਵੀ ਬਿਲਕੁਲ ਪਖੰਡ ਦਾ ਅੱਡਾ ਨਹੀਂ ਬਣਿਆ ਪਰ ਫਿਰ ਵੀ ਅਗਿਆਨਤਾ ਦਾ ਹਨੇਰ ਇੰਨਾ ਛਾਇਆ ਹੋਇਆ ਵਾ ਕਿ ਲੋਕ ਜਿਹੜੇ ਆ ਇਹ ਵੇਖੋ ਤੁਸੀਂ ਆ ਵੇਖੋ ਕਿੱਡੇ ਮੋٹے-ਬੋਟੇ ਕਿਲ ਜਿਹੜੀ ਟੋਪੀ ਵਾਲੇ ਲੋਕਾਂ ਨੇ ਲਾ ਦਿੱਤੀ ਆ ਮਤਲਬ ਇਹ ਜਿਹੜੇ ਬਹੁਤ ਘਾਤਕ ਤੇ ਨੁਕਸਾਨਦੇ ਆ ਪਰ ਇਹ ਅਵੇਅਰਨੈਸ ਸਾਨੂੰ ਚਾਹੀਦੀ ਗੁਰੂ ਦੀ ਜਿਹੜੀ ਸਿੱਖੀ ਆ ਉਹ ਕਬੂਲਨੀ ਚਾਹੀਦੀ ਆ ਗੁਰਮਤਿ ਦੇ ਅਨੁਸਾਰ ਜਿਉਣਾ ਚਾਹੀਦਾ ਸਤਗੁਰਾਂ ਨੇ ਵੀ ਆ ਜਿਹੜਾ ਸੀਗਾ ਉਹ ਵੈਦਖਾਨੇ ਖੋਲੇ ਆ ਅੱਜ ਵੀ ਉਹ ਮਹਾਂਪੁਰਖ ਮਹਾਤਮਾ ਸੰਜੇੜੇ ਆ ਉਹ ਵੈਦਖਾਨੇ ਖੁੱਲ ਕੇ ਲੋਕਾਂ ਨੂੰ ਅੱਜ ਵੀ ਦਵਾਈਆਂ ਦੇ ਰਿਹਾ ਜਿਹੜੇ ਗੁਰੂ ਨਾਨਕ ਦੇਵ ਜੀ ਦੇ ਦਰ ਨੂੰ ਮੰਨਣ ਵਾਲੇ ਆ ਹਾਂ ਬਿਲਕੁਲ ਦਰਸ਼ਕੋ ਮੈਂ ਕੈਮਰੇਮੈਨ ਵੀਰ ਨੂੰ ਕਾਂਗਾ ਵੀ ਥੋੜਾ ਜਿਹਾ ਨਾ ਆਪਾਂ ਦਿਖਾ ਦਈਏ ਦਰਸ਼ਕਾਂ ਨੂੰ ਵੀ ਇਹ ਕਿੱਥੋਂ ਕਿ ਤੱਕ ਕਿਲ ਠੋਕੇ ਆ ਮੈਂ ਥਰਡੇ ਪਾਸੇ ਜਾਣ ਦਾ ਯਤਨ ਕਰਦਾ ਵੀ ਕੈਮਰਾ ਵੀਰ ਅੱਗੇ ਲੈ ਜਾ ਭਾਵੇਂ ਥੋੜਾ ਜਿਹਾ ਅਗਲੇ ਪਾਸੇ ਲਿਆ ਕੇ ਦਰਸ਼ਕਾਂ ਨੂੰ ਦਿਖਾ ਦਿਓ ਵੀ ਥੋੜਾ ਜਿਹਾ ਅਸੀਂ ਦੇਖਣ ਦਾ ਦਰਸ਼ਕੋ ਯਤਨ ਕਰਦੇ ਆ ਕਿਸ ਤਰੀਕੇ ਦੇ ਨਾਲ ਆ ਦੇਖੋ ਕਿੱਲ ਇਹ ਕਿੱਲ ਹੀ ਕਿੱਲ ਵੀਸ਼ੇ ਤੁਹਾਨੂੰ ਇਸ ਤਰ੍ਹਾਂ ਮਹਿਸੂਸ ਹੋਏਗਾ ਵੀ ਇਹ ਜਿਸ ਤਰੀਕੇ ਦੇ ਨਾਲ ਕਿਕਰ ਦੇ ਕੋਈ ਛੌਡੇ ਹੁੰਦੇ ਆ ਨਾ ਇਸ ਤਰ੍ਹਾਂ ਉਹਦੇ ਸੱਕ ਹੁੰਦੇ ਆ ਇਹ ਸੱਕ ਨਹੀਂ ਹੈ ਇਹ ਦਰਸ਼ਕੋ ਇਹਨੇ ਕਿੱਲ ਸਾਰੇ ਹੀ ਕਿੱਲੇ ਨੇ ਕਿ ਤੁਹਾਨੂੰ ਦਿਖਾ ਰਹੇ ਹਾਂ ਇਹ ਕਿੱਲਾ ਦੇ ਨਾਲ ਵਿੰਨੀ ਹੋਈ ਟੱਲੀ ਹੈ ਕਿੱਲਾ ਦੇ ਨਾਲ ਵਿੰਨਿਆ ਹੋਇਆ ਇਹ ਦਰਖਤ ਹੈ ਜਿਹੜਾ ਤੁਸੀਂ ਇਸ ਸਕਰੀਨ ਤੇ ਦੇਖ ਰਹੇ ਹੋ ਅਨਗਿਣਤ ਕਿੱਲੇ ਨੇ ਕਿ ਜਿਹੜੇ ਲੱਖਾਂ ਦੇ ਹਿਸਾਬ ਦੇ ਨਾਲ ਕਿਲ ਠੁਕੇ ਹੋਏ ਨੇ ਗਿਣਤੀ ਹੋ ਹੀ ਨਹੀਂ ਸਕਦੀ ਕਿਸੇ ਪ੍ਰਕਾਰ ਵੀ ਇਹਦੀ ਆ ਜਿਸ ਤਰੀਕੇ ਨਾਲ ਦੇਖੋ ਮੁੱਢ ਤੋਂ ਲੈ ਕੇ ਤੇ ਧੁਰ ਤੱਕ ਦੇਖਣ ਦਾ ਯਤਨ ਕਰੋ ਉੱਥੋਂ ਤੱਕ ਦੇਖ ਲਓ ਕਿਸ ਤਰੀਕੇ ਦੇ ਨਾਲ ਇਹ ਜਿਹੜੀ ਟੱਲੀ ਹੈ ਇਹ ਵਿੰਨੀ ਪਈ ਹੈ ਅਸੀਂ ਕੀ ਇਹ 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 ਦਰਖਤਾਂ ਦੇ ਅਸੀਂ ਕਾਤਲ ਨਹੀਂ ਆ ਅਸੀਂ ਗੈਂਗਸਟਰ ਨਹੀਂ ਆ ਅਸੀਂ ਗੈਂਗਸਟਰਾਂ ਵੀ ਜਿਸ ਤਰੀਕੇ ਦੇ ਨਾਲ ਅਸੀਂ ਦਰਖਤਾਂ ਦਾ ਕਹਨ ਕਰ ਰਹੇ ਹਾਂ ਜਿਸ ਤਰੀਕੇ ਦੇ ਨਾਲ ਅਸੀਂ ਦਰਖਤਾਂ ਨੂੰ ਕਿੱਲਾਂ ਦੇ ਨਾਲ ਵਿੰਨ ਸੁਟਿਆ ਦਰਸ਼ਕੋ ਅੱਜ ਸਾਨੂੰ ਜਾਗਣ ਦੀ ਲੋੜ ਹੈ ਸਾਡੇ ਨਾਲ ਇੱਥੇ ਬਜ਼ੁਰਗ ਨੇ ਖੜੇ ਨੇ ਇਹਨਾਂ ਦਾ ਨਗਰ ਬਿਲਕੁਲ ਸਾਹਮਣੇ ਹੈ ਤੇ ਇਸ ਸਟੇਸ਼ਨ ਦੇ ਉੱਪਰ ਆ ਕੇ ਅਕਸ਼ਰ ਇਹ ਬੈਠਦੇ ਆ ਦਰਖਤਾਂ ਦਾ ਆਨੰਦ ਮਾਣਦੇ ਆ ਠੰਡੀ ਜਗ੍ਹਾ ਤੇ ਆ ਕੇ ਬੈਠਦੇ ਆ ਤੇ ਬਜ਼ੁਰਗਾਂ ਦਾ ਕੀ ਕਹਿਣਾ ਵੀ ਲੋਕ ਤਾਂ ਆਉਂਦੇ ਦੇਖਿਆ ਵੀ ਇੱਥੇ ਕਿਲ ਠੋਕ ਜਾਂਦੇ ਆ ਪਾਰਕ ਦੀ ਉਹਨਾਂ ਨੂੰ ਪੁੱਛਣ ਦਾ ਇਹ ਯਤਨ ਨਹੀਂ ਕੀਤਾ ਵੀ ਇਹ ਕਿਉਂ ਠੋਕੇ ਜਾਂਦੇ ਜੀ ਹਾਂਜੀ ਬਜ਼ੁਰਗੋ ਕਿੰਨੇ ਕੁ ਲੋਕ ਇੱਥੇ ਤੁਸੀਂ ਦੇਖਦੇ ਜਿਹੜੇ ਕਿਲ ਠੋਕੇ ਜਾਂਦੀ ਹੈ ਕਈ ਬਥੇਰੇ ਆਉਂਦੇ ਆ ਬੁੜੀਆਂ ਬੰਦੇ ਉਹ ਕਿਲ ਠੋਕ ਕੇ ਚਲੇ ਜਾਂਦੇ ਨਾ ਅਸੀਂ ਪੁੱਛਿਆ ਕਦੀ ਕਿਉਂ ਕਿਸ ਨੂੰ ਅਸੀਂ ਪੁੱਛੀਏ ਅਗਲਾਂ ਦਾ ਸਾਨੂੰ ਕਿਉਂ ਪੁੱਛਦੇ ਤੁਸੀਂ ਤੇ ਉਹ ਕਿੱਲੇ ਜ਼ਰੂਰ ਠੋਕਦੇ ਆਂ ਹੀ ਵੇਨੇ ਆਂ ਇੱਥੇ ਬਜ਼ੁਰਗੋ ਪਿੱਛੇ ਉਹਨਾਂ ਦੀ ਮਨਸ਼ਾ ਇਹੀ ਲੱਗਦੀ ਹੈ ਵੀ ਜਿੱਥੇ ਜਾੜ ਉਹਨਾਂ ਦੀ ਦੰਦ ਜੀ ਉਹਨਾਂ ਦੇ ਦੁੱਖਦੇ ਆ ਵੀ ਇਹਦੇ ਵਿੱਚ ਕਿੱਲ ਠੋਕ ਜੀ ਤੇ ਸਾਨੂੰ ਆਰਾਮ ਮਿਲਦਾ ਨਹੀਂ ਸਾਹੀਂ ਨਹੀਂ ਸਾਨੂੰ ਨਹੀਂ ਪਤਾ ਵੀ ਇਹ ਨਾਲ ਹੀ ਪੁੱਛਿਆ ਹੀ ਆ ਵੀ ਪਹਿਲਾਂ ਆਰਾਮ ਮਿਲਦਾ ਕਿ ਜਾਂ ਕਿਵੇਂ ਆ ਕਿਵੇਂ ਨਹੀਂ ਅਸੀਂ ਤਾਂ ਕਿੱਲ ਠੋਕਦੇ ਜ਼ਰੂਰ ਵੇਖੀ ਤੇ ਕਿੱਲ ਠੋਕੇ ਤਾਂ ਇਸੇ ਕਰਕੇ ਜਾਂਦੇ ਆ ਨਾ ਬੀ ਲੋਕ ਕਹਿੰਦੇ ਆ ਵੀ ਇੱਥੇ ਸਾਨੂੰ ਆਰਾਮ ਮਿਲਦਾ ਦੰਦਾ ਤੋਂ ਜਾੜਾਂ ਤੋਂ ਜੇ ਅਸੀਂ ਠੋਕ ਜਾਨਨੇ ਆ ਤੇ ਹਾਂਜੀ ਹਾਂਜੀ ਤੇ ਹੁਣ ਤੁਹਾਨੂੰ ਲੱਗਦਾ ਵੀ ਜਿਸ ਤਰੀਕੇ ਦੇ ਨਾਲ ਇਹ ਵਿੰਨੀ ਪਈ ਹੈ ਟਾਲੀ ਜੇ ਹੁਣ ਇਹਦੇ ਵਿੱਚ ਜਗ੍ਹਾ ਹੀ ਨਹੀਂ ਬਚੀ ਕਿੱਥੇ ਕਿੱਲ ਠੋਕਣਗੇ ਤੁਹਾਨੂੰ ਲੱਗਦਾ ਵੀ ਟਾਲੀ ਇੱਥੇ ਕੋਈ ਹੋਰ ਤਿਆਰ ਹੋਵੇਗੀ ਹੋਰ ਵੀ ਠੋਕਣਗੇ ਟਾਲੀ ਦੇ ਵਿੱਚ ਉਹ ਤਾਂ ਫਿਰ ਵੇਖਣਗੇ ਨਾ ਕਿਸ ਨਾ ਕਿਸੇ ਰੋਕੇ ਜੇ ਲਾਉਣਗੇ ਲਾਉਣਗੇ ਇਹਨਾਂ ਜਰੂਰ ਦੱਸ ਦੇਂਦੇ ਆ ਵੀ ਗੱਲ ਲੋਕਾਂ ਤੋਂ ਸੁਣੀ ਆ ਵੀ ਇੱਥੇ ਕੋਈ ਬਾਊ ਰਹਿੰਦਾ ਸੀ ਅੱਛਾ ਜੀ ਬਾਊ ਰਹਿੰਦਾ ਸੀ ਤੇ ਉਹ ਕੋਈ ਇੱਥੇ ਦਮਦੂਮ ਕਰਦਾ ਹੈ ਤੋ ਉਹ ਕਿ ਲਟਕਾਉਂਦਾ ਸੀ ਇੱਥੇ ਅੱਛਾ ਪੁਰਾਣਾ ਓਕੇ ਤੇ ਉਹਦੇ ਤੋਂ ਲੋਕ ਉਹੋ ਹੀ ਰੋ ਰੀ ਤੋਰੀ ਆਉਂਦੀ ਆ ਉਹ ਬਾਊ ਅ ਅੱਜ ਦੁਨੀਆ ਤੋਂ ਰੁਖਸਤ ਹੋ ਗਿਆ ਹੋਏਗਾ ਹਾਂ ਉਹ ਤਾਂ ਬਹੁਤ ਚਿਰਾਂ ਦੀ ਪਾਕਿਸਤਾਨ ਤੋਂ ਪਹਿਲਾਂ ਦੀ ਗੱਲਾਂ ਐ ਅੱਛਾ ਪੁਰਾਣੀ ਗੱਲ ਐ ਪੁਰਾਣੀ ਗੱਲ ਆ ਤੂੰ ਤਾਂ ਇਹ ਬਜ਼ੁਰਗੋ ਟੱਲੀ ਜਿਹੜੀ ਹਰੀ ਹੁੰਦੀ ਹੁੰਨੀ ਆ ਨਾ ਹਾਂ ਉਹਦੋਂ ਤਾਂ ਹਰੀਆਂ ਹੀ ਹੋਣਗੀਆਂ ਅੱਛਾ ਇਹ ਜ਼ਰੂਰੀ ਸੁੱਕੀ ਚੀ ਠੋਕੇ ਜਾਂਦੇ ਆ ਜਾਂ ਕਿਸੇ ਹਰੀ ਦੇ ਵਿੱਚ ਪਹਿਲਾਂ ਹਰੀਆਂ ਚ ਹਰੀਆਂ ਚ ਇਹ ਵੀ ਹਰੀ ਸੀ ਇਹ ਹੁਣ ਜਦੋਂ ਡਿੱਗੀ ਆ ਉਦੋਂ ਸੁੱਕੀ ਆ ਚਾ ਇਹ ਖਰੀਦੇ ਵਿੱਚ ਹੀ ਲੋਕ ਕਿਲ ਠੋਕੇ ਜਾਂਦੇ ਸੀ ਤੇ ਜਦੋਂ ਕਿਲ ਠੋਕਿਆ ਤੇ ਉਦੋਂ ਬਾਅਦ ਦੇ ਵਿੱਚ ਇਹ ਨੇਰੀ ਆਈ ਨੇਰੀ ਨੇ ਡੇਪੀਏ ਤੇ ਉਦੋਂ ਗਾਂ ਫਿਰ ਅਗਲਾ ਮੋਛਾ ਆਵੇ ਵੱਡੇ ਪਏ ਇੱਥੇ ਕੋ ਮੋਛਾ ਪਿਆ ਇੱਕ ਕੋ ਲੈ ਗੇ ਚੋਕੇ ਜੋ ਕੇ ਸਟੇਸ਼ਨ ਦਾ ਏਰੀਆ ਇੱਥੇ ਪਬਲਿਕ ਦਾ ਆਉਣਾ ਜਾਣਾ ਇੱਥੇ ਜਦੋਂ ਟ੍ਰੇਨ ਆ ਕੇ ਖੜਦੀ ਹੈ ਤੇ ਫਿਰ ਇਹ ਜਿਹੜਾ ਅਗਲਾ ਪਾਸਾ ਸੀ ਉਹ ਇਧਰਲੇ ਪਾਸੇ गिर ਗਿਆ ਹੋਣਾ ਤੇ ਇਸ ਵਾਸਤੇ ਉਹਨਾਂ ਨੇ ਮੋੜ ਜਿਹੜਾ ਵੱਡ ਕੇ ਉਹ ਪਾਸੇ ਚੋਕੇ ਸੋੜ ਦਿੱਤਾ ਹੈ ਨਾ ਜੀ ਹਾਂ ਤਿੰਨ ਟੋਟੇ ਕੀਤੇ ਇਹਦੇ ਠੀਕ ਹੈ ਜੀ ਹੁਣ ਇਹਦਾ ਤਾਂ ਪਤਨ ਹੋ ਗਿਆ ਇਹ ਤਾਂ ਖਤਮ ਹੋ ਗਈ ਟਾਲੀ ਦਰਸ਼ਕੋ ਹੁਣ ਟਾਲੀ ਬਜ਼ੁਰਗੋ ਇੱਕ ਉਹ ਪਿਛਲੇ ਪਾਸੇ ਹੋਰ ਖੜੀ ਹੈ ਜਿਹੜੀ ਪਿਛਲੇ ਪਾਸੇ ਖੜੀ ਹੈ ਤੇ ਮੈਂ ਗਿਣਤੀ ਕਰਕੇ ਆਂ ਵੀ 10 ਤੋਂ 15 ਕਿਲੋ ਉਹਦੇ ਵਿੱਚ ਵੀ ਠੁੱਕ ਚੁੱਕੇ ਨੇ ਵੀ ਜਿਹੜੀ ਕਰੀਬ ਦੀ 40 ਫੁੱਟ ਦੇ ਕਰੀਬ ਉੱਚੀ ਹੋਣੀ ਹੈ ਤੇ ਤੁਹਾਨੂੰ ਲੱਗਦਾ ਵੀ ਇਹਦੇ ਤੋਂ ਬਾਅਦ ਦੇ ਅੰਦਰ ਉਹਦੀ ਵਾਰੀ ਹੈ ਉਹ ਤਾਂ ਫਿਰ ਜਾਣੀ ਜਾਣੀ ਹੈ ਜਦੋਂ ਇਹ ਚਲੀ ਗਈ ਜਦੋਂ ਛੇਲੀ ਜਿਹੜੀ ਆ ਉਹਦੀ ਖਤਮ ਹੋ ਗਈ ਤੇ ਉਸ ਤੋਂ ਬਾਅਦ ਜਾਊਗਾ ਵੀ ਉਹ ਵੀ ਡਿੱਗੂਗੀ ਹਾਂ ਉਹਦਾ ਵੀ ਪਤਨ ਹੋਊਗਾ ਹਾਂ ਹਾਂ ਧੰਨਵਾਦ ਬਜ਼ੁਰਗੋ ਬਾਬਾ ਜੀ ਆਜੋ ਤੁਸੀਂ ਵੀ ਇੱਥੇ ਆਪਾਂ ਬਚਨ ਸਾਂਝੇ ਕਰਦੇ ਆਂ ਵੀ ਸਾਡੀ ਗੁਰਮਤ ਸਿੱਖ ਰਹਿਤ ਮਰਿਆਦਾ ਅੰਦਰ ਕੋਈ ਐਸਾ ਲਿਖਿਆ ਵੀ ਤੁਸੀਂ ਐਸਾ ਆਪਣੀ ਜ਼ਿੰਦਗੀ ਦੇ ਅੰਦਰ ਕੋਈ ਰੋਗ ਆਵੇ ਕੋਈ ਤੁਹਾਡੇ ਤੇ ਕੋਈ ਗਮੀ ਦਾ ਐਸਾ ਸਮਾਂ ਆ ਜਾਏ ਤੇ ਤੁਹਾਨੂੰ ਕੋਈ ਗੁਰੂ ਤੋਂ ਬਿਨਾ ਹੋਰ ਤੁਹਾਡੀ ਕੋਈ ਰੱਖਿਆ ਕਰ ਸਕਦਾ ਐਸਾ ਕਰਮਕਾਂਡ ਗੁਰਬਾਣੀ ਦੇ ਅਨੁਸਾਰ ਬਿਲਕੁਲ ਖੰਡਣਾ ਗੁਰਬਾਣੀ ਦੇ ਸਦ ਗੁਰੂ ਹੀ ਰੱਖਿਆ ਕਰਨ ਵਾਲਾ ਵਾ ਹਾਂ ਪਰ ਗੁਰੂ ਦਾ ਘਰ ਆ ਭਰਪੂਰਾ ਹਾਂ ਸਤਿਗੁਰੂ ਜੀ ਕਹਿੰਦੇ ਆ ਉਹਾਂ ਤੋਂ ਜਾਈਏ ਜੋ ਇਹਾਂ ਨਾ ਹੋਏ ਤੇ ਗੁਰੂ ਨਾਨਕ ਦੇਵ ਜੀ ਕਰ ਸਾਰੀਆਂ ਵਡਿਆਈਆਂ ਵਾ ਬਿਲਕੁਲ ਸਭ ਕੁਝ ਪ੍ਰਾਪਤ ਹੁੰਦਾ ਵਾ ਹਾਂਜੀ ਰੋਗਾਂ ਦੇ ਰੁਗੀਆਂ ਦੇ ਰੋਗ ਵੀ ਦੂਰ ਹੁੰਦੇ ਆ ਹਾਂ ਹਾਂਜੀ ਹਰ ਤਰ੍ਹਾਂ ਕਰਕੇ ਗੁਰਬਾਣੀ ਜਿਹੜੀ ਆ ਉਹ ਗੁਰਬਾਣੀ ਦੇ ਨਾਲ ਆਰਾਮ ਆਉਂਦਾ ਵਾ ਜਿਨ੍ਹਾਂ ਤਨ ਵੀ ਤੇ ਮਨ ਵੀ ਹਰਿਆ ਹੋ ਜਾਂਦਾ ਇਸ ਵਾਸਤੇ ਬੇਨਤੀ ਆ ਵੀ ਇਹ ਜਿਹੜਾ ਬਣਾ ਬਿਲਕੁਲ ਇਹਦਾ ਖੰਡਨ ਕਰਨਾ ਚਾਹੀਦਾ ਵਾ ਇਹ ਲੋਕਾਂ ਨੂੰ ਜਿਹੜੇ ਨਾ ਗਿਆਨਤਾ ਦੇ ਹਰੇਚ ਦੂਰ ਕਰਨਾ ਚਾਹੀਦਾ ਪਰ ਗੁਰੂ ਨਾਨਕ ਸਾਹਿਬ ਨੇ ਜਿਵੇਂ ਕੀਤਾ ਸੀਗਾ ਅਜਾ ਕੋਈ ਰਹਿਬਰ ਕੋਈ ਆਵੇ ਤੇ ਕਿ ਨੀਤੇ ਬੜੀ ਮੁਸ਼ਕਲ ਲਗਾ ਦੇਵਾ ਬਿਲਕੁਲ ਹਾਂਜੀ ਤੇ ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਅੰਦਰ ਬਾਬਾ ਜੀ ਆਪਾਂ ਪਾਵਨ ਬਚਨ ਪੜ੍ਹਦੇ ਆ ਨਾ ਜਿਸ ਤਰੀਕੇ ਦੇ ਨਾਲ ਭਗਤ ਕਬੀਰ ਸਾਹਿਬ ਦਾ ਬਚਨ ਹੈ ਪਾਤੀ ਤੋਰ ਹੈ ਮਲਣੀ ਪਾਤੀ ਪਾਤੀ ਜੀਓ ਜਿਸ ਪਾਹਨ ਕੋ ਪਾਤੀ ਤੋਰ ਹੈ ਸੋ ਪਾਹਨ ਨਿਰ ਜੀਓ ਭੂਲੀ ਮਲਣੀ ਹੈ ਏ ਉਹ ਸਤਗੁਰੂ ਜਾਗਤਾ ਹੈ ਦਿਓ ਹਨ ਬ੍ਰਹਮ ਪਾਤੀ ਵਿਸਣ ਡਾਰੀ ਫੂਲ ਸੰਕਰ ਦਿਓ ਤੀਨ ਦੇ ਪ੍ਰਤਖ ਤੋਰ ਹੈ ਕਰੈ ਕਿਸ ਕੀ ਸਿਓ ਇਸ ਤਰੀਕੇ ਦੇ ਨਾਲ ਭਗਤ ਕਬੀਰ ਸਾਹਿਬ ਜੀ ਨੇ ਸਾਨੂੰ ਪਾਵਨ ਪਵਿੱਤਰ ਸ਼ਬਦ ਉਚਾਰਨ ਕਰਕੇ ਸਮਝਾਇਆ ਵੀ ਜਿਸ ਅੰਦਰ ਜਾਨ ਹੈ ਉਸ ਜਾਨ ਨੂੰ ਤੂੰ ਤੋੜ ਕੇ ਕਹਿੰਦੇ ਵੀ ਨਿਰਜਾਨ ਦੇ ਅੰਦਰ ਤੂੰ ਚੜਾਉਣ ਦਾ ਯਤਨ ਕਰਦਾ ਹੈ ਵੀ ਤੇਰੀ ਜ਼ਿੰਦਗੀ ਅੰਦਰ ਇੱਕ ਐਬ ਹੈ ਇਹ ਵੀ ਇੱਕ ਪਾਪ ਹੈ ਬਿਲਕੁਲ ਜੀ ਪਾਪ ਆ ਜੀ ਪਾਪ ਆ ਜੀ ਹੂੰ ਤੇ ਹੁਣ ਬਾਬਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਜਿਸ ਤਰੀਕੇ ਦੇ ਨਾਲ ਬਜ਼ੁਰਗਾਂ ਨੇ ਕਿਹਾ ਵੀ ਇਹਦਾ ਹੁਣ ਅੰਤ ਹੋ ਚੁੱਕਾ ਹੈ ਹੁਣ ਉਹ ਟਾਲੀ ਜਿਹੜੀ ਚੌਥੀ ਚੌਥੇ ਨੰਬਰ ਦੀ ਆ ਜਾਣੀ ਹੈ ਹਾਂ ਜੀ ਚੌਥੀ ਟਾਲੀ ਜੀ ਚੌਥੀ ਟਾਲੀ ਚੌਥੀ ਟਾਲੀ 'ਚ ਵੀ ਕਿੱਲਾ ਠੋਕ ਚੁੱਕੀਆਂ ਤੇ ਇਸੇ ਤਰੀਕੇ ਦੇ ਨਾਲ ਵੱਡੇ ਦੇ ਤਰੀਕੇ ਦੇ ਨਾਲ ਉਹਦੀ ਪੂਜਾ ਸ਼ੁਰੂ ਨਹੀਂ ਹੋ ਜਾਏਗੀ ਬਿਲਕੁਲ ਜੀ ਉਹ ਤੇ ਹੋਏ ਗਏ ਜਿਵੇਂ ਤੁਸੀਂ ਦੇਖਿਆ ਵਾ ਸਾਹਮਣੇ 15 20 ਕਿਲੋ ਚ ਠੁਕ ਚੁੱਕੇ ਆ ਹਾਂ ਪ੍ਰਸ਼ਾਸਨ ਨੂੰ ਬੇਨਤੀ ਆ ਰੇਲਵੇ ਵਿਭਾਗ ਦੀ ਜਗਾ ਵਾ ਉਹ ਕੋਈ ਹੋ ਜਾ ਇੱਥੇ ਇੰਤਜ਼ਾਮ ਕੋਈ ਕਰ ਦੇਣ ਜਿੱਦਾਂ ਕੋਈ ਕਿਲ ਕੋਈ ਠੋਕ ਨਾ ਸਕੇ ਬਿਲਕੁਲ ਇੱਥੇ ਕਿ ਸਟੇਸ਼ਨ ਮਾਸਟਰ ਦਾ ਕਹਿਣਾ ਸੀ ਵੀ ਆਪਾਂ ਜਦੋਂ ਬਾਬਾ ਜੀ ਮਿਲੇ ਆ ਉਹ ਗੱਲਬਾਤ ਸੁਨਾਰੇ ਸਨ ਕਿਹੜਾ ਬਾਊ ਸੀ ਵੀ ਜਿਹੜਾ ਕਹਿੰਦੇ ਸੀ ਵੀ ਇੱਥੇ ਉਹਨੇ ਜਿਸ ਤਰੀਕੇ ਦੇ ਨਾਲ ਕੋਈ ਕਰਮਕਾਂਡ ਸਨ ਕਿੱਲਾ ਜਾ ਇਤਿਆਦਿਕ ਬੋਰਡ ਲਾਏ ਸਨ ਉਹਨੇ ਸਾਰੇ ਨੇ ਕਹਿੰਦੇ ਕਰਮਕਾਂਡ ਦੇ ਵਿੱਚ ਜਿਹੜੀ ਦੁਨੀਆ ਪਈ ਸੀ ਚੋਕੇ ਤੇ ਸਾਰੇ ਉੱਥੇ ਮੇਨ ਸਟੇਸ਼ਨ ਤੇ ਪਹੁੰਚਾ ਦਿੱਤੇ ਹਾਂਜੀ ਉਹ ਨਾ ਜਿਵੇਂ ਕੋਈ ਲੋਕ ਜਿਵੇਂ ਕੋਈ ਯਾਤਰਾਉਂਦੇ ਆ ਉਹ ਪਲੇਟ ਦੇਖ ਕੇ ਲਾ ਦਿੰਦੇ ਪੇ ਅਸੀਂ ਫਲਾਨੀ ਯਾਤਰਾ ਕਰਕੇ ਆਏ ਆ ਜੈਸਾ ਕੋਈ ਪਲੇਟਾ ਲਾ ਦਿੰਦੇ ਆ ਜੀ ਉਹ ਇਹ ਕਬ ਸਾਰੇ ਰੇਲਵੇ ਦਾ ਹੋਇਆ ਜਿੰਨੀਆਂ ਪਲੇਟਾਂ ਸਾਰੀਆਂ ਪਟਾਕੇ ਜਾਂ ਜਿੰਨੇ ਵੀ ਹੋਰ ਰਸਤੇ ਜਿੱਥੇ ਵੀ ਕੋਈ ਕਿੱਲਾ ਲਗਾ ਸੀ ਜਾਂ ਕੁਝ ਵੀ ਲਗਾ ਸੀ ਉਹ ਸਾਰੇ ਉਹਨਾਂ ਦਫਤਰ ਮਂਗਾਏ ਵੀ ਸਾਰੇ ਦਫਤਰ ਜਮ੍ਹਾਂ ਕਰਾਓ ਜਿਹੜੇ ਕਿੱਲ ਵਾ ਇਹ ਇੱਕ ਜਾਂ ਦੀ ਜਾਂਦੀ ਜਾਨਮ ਇਹਨਾਂ ਦੇ ਵਿੱਚ ਇਹ ਜਿਹੜਾ ਵਾ ਇਹ ਇਤਿਹਾਸਾਰ ਜੁਲਮ ਨਹੀਂ ਹੋਣਾ ਚਾਹੀਦਾ ਇਹਨੂੰ ਰੋਕਣ ਵਾਸਤੇ ਉਹਨੇ ਇਹ ਮਤਲਬ ਚੰਗਾ ਪਰਾਲਾ ਉਹ ਅਫਸਰ ਨੇ ਕੀਤਾ ਸੀ ਬਾਬਾ ਜੀ ਤੁਹਾਨੂੰ ਐਸਾ ਨਹੀਂ ਲੱਗਦਾ ਵੀ ਲੋਕ ਜਿਹੜੇ ਇੱਥੇ ਕਿੱਲ ਠੋਕੇ ਪੌਦਿਆਂ ਦਾ ਦਰਖਤਾਂ ਦਾ ਪਤਨ ਕਰਕੇ ਜਾਂਦੇ ਉਹਨਾਂ ਨੂੰ ਮੌਤ ਦੀ ਘਾਟ ਉਤਾਰ ਕੇ ਜਾਂਦੇ ਆ ਤੇ ਆਪਣੇ ਆਪ ਨੂੰ ਕਹਿੰਦੇ ਆ ਵੀ ਅਸੀਂ ਨਿਰੋਗ ਹੋ ਗਏ ਸਾਡਾ ਜਿਹੜਾ ਦੁੱਖ ਸੀ ਦੂਰ ਹੋ ਗਿਆ ਤੇ ਐਸਾ ਨਹੀਂ ਹੋ ਸਕਦਾ ਵੀ ਆਪਣੀ ਜ਼ਿੰਦਗੀ ਦੇ ਅੰਦਰ ਉਹ ਦੋ ਦਰਖਤ ਇੱਥੇ ਲਾ ਕੇ ਜਾਣ ਤੇ ਉਹ ਨਿਰੋਗ ਹੋ ਜਾਣਗੇ ਬਿਲਕੁਲ ਜੀ ਇਹ ਤਾਂ ਵਿਸ਼ਵਾਸ ਦੀ ਗੱਲ ਤਾਂ ਬਹੁਤ ਪੋਜ਼ਿਟਿਵ ਗੱਲ ਵਾ ਹਾਂ ਇਹ ਤਾਂ ਧਰਮ ਕਰਮ ਦੀ ਗੱਲ ਆ ਜੀ ਕੋਈ ਲਾ ਕੇ ਜਾਵੇ ਤਾਂ ਰੁੱਖ ਲਾਉਣਾ ਤਾਂ ਬਹੁਤ ਉਤਮ ਸੇਵਾ ਵਾ ਤੁਸੀਂ ਇਸ ਇਲਾਕੇ ਦੇ ਉਹ ਬਾਬਾ ਜੀ ਅਪੀਲ ਕਰੋ ਇਧਰ ਲਾ ਕੇ ਦੇਰ ਦੇ گرد ਦੇ ਲੋਕਾਂ ਨੂੰ ਸਾਡੇ ਚੈਨਲ ਦੇ ਜ਼ਰੀਏ ਇਹ ਕਰ ਦਿਓ ਵੀ ਭਾਈ ਇੱਥੇ ਦਰਖਤ ਲਾ ਕੇ ਜਾਓ ਇੱਥੇ ਕਿਲ ਠੋਕੇ ਨਾ ਜਾਓ ਹਾਂਜੀ ਇਹੋ ਬੇਨਤੀ ਸੰਗਤਾਂ ਨੂੰ ਜੇ ਕਿਸੇ ਨੂੰ ਕੋਈ ਆਰਾਮ ਲੈਣਾ ਵਾ ਤੇ ਰੁਕ ਨਮਾ ਲਾ ਕੇ ਜਾਵੇ ਉਹ ਸਦਾ ਕੋਈ ਟਾਲੀ ਦਾ ਕੋਈ ਬੂਟਾ ਤੇ ਲਾ ਜਾਵੇ ਉਹਨੂੰ ਤਾਂ ਜੂਰ ਆਰਾਮ ਆ ਸਕਦਾ ਵਾ ਹਾਂ ਬਿਲਕੁਲ ਬਿਲਕੁਲ ਗੁਰੂ ਸਾਹਿਬ ਤੇ ਭਰੋਸਾ ਰੱਖ ਕੇ ਆਵੇ ਤੇ ਉਹਦੀ ਵੀ ਹਾਂਜੀ ਲੋਕਾਂ ਨੂੰ ਕਈਆਂ ਜਾਨਵਰਾਂ ਨੂੰ ਘਰ ਮਿਲਣਗੇ ਬਿਲਕੁਲ ਬਿਲਕੁਲ ਜੀ ਜੇ ਕੋਈ ਉਹ ਭਲਾ ਕਰੂਗਾ ਤੇ ਉਹ ਭਲਾ ਕਰਮ ਉਹਦੇ ਅੱਗੇ ਆਊਗਾ ਉਹਦਾ ਵੀ ਭਲਾ ਹੁੰਦਾ ਸੁਭਾਵਨਾ ਵਾ ਪਰ ਪਾਪ ਕਰਨ ਕਰਕੇ ਕਰਕੇ ਜਿਹੜਾ ਨਾ ਫਿਰ ਕੋਈ ਭਲੇ ਦੀ ਆਸ ਨਹੀਂ ਹੈਗੀ ਹਾਂਜੀ ਬਿਲਕੁਲ ਬਾਬਾ ਜੀ ਤੁਹਾਡੀ ਗੱਲ درست ਹੈ ਵੀ ਇੱਥੇ ਦਰਸ਼ਕੋ ਜਿਹੜੇ ਲੋਕ ਕਿੱਲ ਠੋਕਣ ਵਾਸਤੇ ਆਉਂਦੇ ਆ ਜਿਹੜੇ ਇਹਨਾਂ ਦਰਖਤਾਂ ਦਾ ਪਤਨ ਕਰਨ ਵਾਸਤੇ ਆਉਂਦੇ ਆ ਤੇ ਉਹਨਾਂ ਨੂੰ ਇਹ ਅਪੀਲ ਕਰਦੇ ਆਂ ਸੀ ਚੈਨਲ ਦੇ ਜ਼ਰੀਏ ਰਹੀਂ ਚੈਨਲ ਰਹੀਂ ਵੀ ਭਾਈ ਇੱਥੇ ਆ ਕੇ ਕੋਈ ਨਾ ਕੋਈ 2-4 ਟਾਲੀ ਦੇ ਦਰਖਤ ਜ਼ਰੂਰ ਲਾ ਕੇ ਜਾਓ ਜਿਹੜੇ ਤੁਹਾਡੇ ਦਰਖਤ ਲਾਏ ਹੋਣਗੇ ਉਥੇ ਆ ਕੇ ਕੋਈ ਛਾਂ ਨੂੰ ਮਾਣ ਸਕੇਗਾ ਉਸ ਦਰਖਤ ਦੇ ਉੱਪਰ ਕੋਈ ਜਾਨਵਰ ਆਪਣਾ ਘਰ ਬਣਾ ਸਕੇਗਾ ਤੇ ਉਸ ਜਾਨਵਰ ਨੇ ਕਿਤੇ ਆਪਣੇ ਪਰਿਵਾਰ ਨੂੰ ਪਾਲਣਾ ਪਲੋਸਣਾ ਬੱਚਿਆਂ ਦੀ ਪਰਵਰਿਸ਼ ਕਰਨੀ ਹੈ ਤੇ ਉਹ ਸਾਰਿਆਂ ਦੀਆਂ ਅਸੀਸਾਂ ਜਿਹੜੀਆਂ ਤੁਹਾਡੇ ਲਾਉਣ ਵਾਲੇ ਦਰਖਤ ਨੂੰ ਪਹੁੰਚਣਗੀਆਂ ਤੇ ਤੁਹਾਡਾ ਤਨ ਮਨ ਹਰਿਆ ਫਿਰ ਗੁਰੂ ਸਾਹਿਬ ਦੇ ਸਿਧਾਂਤ ਮੁਤਾਬਕ ਤਾਂ ਹੀ ਹੋਏਗਾ ਅੱਜ ਸਾਨੂੰ ਜਾਗਣ ਦੀ ਲੋੜ ਹੈ ਅੱਜ ਸਾਨੂੰ ਸਮਝਣ ਦੀ ਲੋੜ ਹੈ ਅੱਜ ਅਸੀਂ ਇਹਨਾਂ ਦਰਖਤਾਂ ਦਾ ਘਾਨ ਨਾ ਕਰੀਏ ਇਨਾ ਦਰਖਤਾਂ ਨੂੰ ਖਤਮ ਨਾ ਕਰੀਏ ਅੱਜ ਅਸੀਂ ਆਪਣੀ ਜ਼ਿੰਦਗੀ ਦੇ ਅੰਦਰ ਇਹ ਦਾਵਾ ਕਰੀਏ ਵੀ ਅਸੀਂ ਆਪਣੀ ਜ਼ਿੰਦਗੀ ਦੇ ਅੰਦਰ ਘੱਟੋ ਘੱਟ ਨਹੀਂ ਵੀ 5 ਦਰਖਤ ਜ਼ਰੂਰ ਲਾਵਾਂਗੇ ਜਿਹੜੇ ਸਾਡੇ ਬੱਚਿਆਂ ਦਾ ਭਵਿੱਖਾਂ ਗਾਂ ਤੈ ਕਰਣਗੇ ਸਾਡੇ ਬੱਚਿਆਂ ਦੀ ਜ਼ਿੰਦਗੀ ਸੁਖਾਲੀ ਹੋ ਜਾਏਗੀ ਆਉਣ ਵਾਲੇ ਸਮੇਂ ਅੰਦਰ ਜਿਸ ਤਰੀਕੇ ਦੇ ਨਾਲ ਜਿਸ ਤਰੀਕੇ ਦੇ ਨਾਲ ਅਸੀਂ ਦੇਖ ਰਹੇ ਹਾਂ ਟ੍ਰੈਫਿਕ ਵੱਧ ਰਿਹਾ ਜਿਸ ਤਰੀਕੇ ਦੇ ਨਾਲ ਵਹੀਕਲ ਵੱਧ ਰਹੇ ਨੇ ਉਸ ਤਰੀਕੇ ਦੇ ਨਾਲ ਜਿਹੜਾ ਪੋਲਿਊਸ਼ਨ ਹੈ ਉਹ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ ਸਾਹ ਲੈਣਾ ਬੜਾ ਸਾਨੂੰ ਔਖਾ ਆ ਰਿਹਾ ਅੱਜ ਦੇ ਸਮੇਂ ਦੇ ਅੰਦਰ ਤੇ ਸਾਡਾ ਸਾਹ ਉਦੋਂ ਸੁਖਾਲਾ ਹੋਏਗਾ ਜਦੋਂ ਅਸੀਂ ਆਪਣੀ ਜ਼ਿੰਦਗੀ ਦੇ ਅੰਦਰੋਂ ਕੁਝ ਦਰਖਤ ਲਾਉਣ ਦਾ ਯਤਨ ਕਰਾਂਗੇ ਅਸੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾਂਦੇ ਹਾਂ ਤੇ ਦਰਸ਼ਕੋ ਦੇਖਦੇ ਹਾਂ ਵੀ ਹਰ ਇੱਕ ਘਰ ਦੇ ਅੱਗੇ ਕੋਈ ਨਾ ਕੋਈ ਦਰਖਤ ਜ਼ਰੂਰ ਲੱਗਾ ਹੁੰਦਾ ਇਹ ਕੰਪਲਸਰੀ ਹੈ ਇਹ ਜ਼ਰੂਰ ਹੈ ਵੀ ਜਿਨੇ ਘਰ ਖਰੀਦਣਾ ਜਾਂ ਲੈਣਾ ਜਾਂ ਵੇਚਣਾ ਉਹਦੇ ਘਰ ਅੱਗੇ ਦਰਖਤ ਜ਼ਰੂਰ ਲੱਗਾ ਹੋਵੇ ਤੇ ਉਸ درخت ਨੂੰ ਪਾਲਣ ਦੀ ਉਸ ਪਰਿਵਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਜਿਸ ਕੋਲ ਘਰ ਹੁੰਦਾ ਹੈ ਤੇ ਆਪਣੇ ਪੁੱਤਾਂ ਤੋਂ ਧੀਆਂ ਤੋਂ ਵੀ ਵੱਧ ਕੇ ਆਪਣੇ درخت ਦਾ ਖਿਆਲ ਉਹ ਇਨਸਾਨ ਰੱਖਦਾ ਹੈ ਤੇ ਉਹ ਦੇਸ਼ਾਂ ਵਿਦੇਸ਼ਾਂ ਦੇ ਅੰਦਰ ਦੇਖੋ ਹਵਾ ਪਾਣੀ ਕਿੰਨਾ ਸ਼ੁੱਧ ਹੈ ਤੇ ਅਸੀਂ ਜਿਸ ਹਵਾ ਪਾਣੀ ਕਰਕੇ ਸਾਡਾ ਸੂਬਾ ਖੁਸ਼ਹਾਲ ਸੀ ਕਹਿੰਨੇ ਆਂ ਵੀ ਸਾਡਾ ਜਿਹੜਾ ਸੂਬਾ ਹੈ ਇਹ ਹਰਿਆਵਲ ਕਰਕੇ ਜਾਣਿਆ ਜਾਂਦਾ ਹੈ ਇਹ ਪਾਣੀਆਂ ਕਰਕੇ ਜਾਣਿਆ ਜਾਂਦਾ ਹੈ ਪੰਜਾਬ ਇਹਦਾ ਨਾਮ ਤਾਂ ਰੱਖਿਆ ਵੀ ਇਹ ਦਰਿਆਵਾਂ ਦਾ ਕਰਕੇ ਤੇ ਪਾਣੀ ਦਾ ਕਰਕੇ ਵਸਿਆ ਹੋਇਆ ਸੂਬਾ ਹੈ ਤਾਂ ਇਹਨੂੰ ਪੰਜਾਬ ਕਿਹਾ ਜਾਂਦਾ ਹੈ ਪੰਜ ਦਰਿਆਵਾਂ ਕਰਕੇ ਨਾਮ ਹੀ ਇਸ ਕਰਕੇ ਇਹਦਾ ਪਿਆ ਤੇ ਅੱਜ ਸਾਡੇ ਕੋਲ ਹਵਾ ਵੀ ਜਿਹੜੀ ਹੈ ਉਹ ਵੀ ਪੋਲੂਸ਼ਨ ਵਾਲੀ ਹੋ ਗਈ ਹੈ ਤੇ ਜਿਹੜਾ ਪਾਣੀ ਹੈ ਉਹ ਵੀ ਸਾਡੇ ਕੋਲ ਗੰਦਲਾ ਹੋ ਚੁੱਕਾ ਹੈ ਅੱਜ ਸਾਨੂੰ ਜਾਗਣ ਦੀ ਲੋੜ ਹੈ ਇਹ ਅਸੀਂ ਆਪਣੀ ਜ਼ਿੰਦਗੀ ਅੰਦਰ ਪਹਿਲ ਕਰੀਏ ਵੀ ਪਾਣੀ ਨੂੰ ਵੀ ਅਸੀਂ ਬਚਾਈਏ ਗੰਦਲਾ ਜਿਸ ਤਰੀਕੇ ਦੇ ਨਾਲ ਹੋ ਰਿਹਾ ਹੈ ਤੇ ਅਸੀਂ ਹਵਾ ਨੂੰ ਪਾਉਣ ਨੂੰ ਵੀ ਬਚਾਈਏ ਤੇ ਮੇਰੇ ਮਾਲਕ ਜੀ ਨੇ ਇਹਨਾਂ ਦੋਨਾਂ ਬਾਬਤ ਹੀ ਪਾਵਨ ਪਵਿੱਤਰ ਬਾਣੀ ਅੰਦਰ ਸ਼ਲੋਕ ਅੰਦਰ ਕਹਿ ਦਿੱਤਾ ਪਵਨ ਗੁਰੂ ਪਾਣੀ ਪਿਤਾ ਗੁਰੂ ਸਾਹਿਬ ਜੀ ਕਹਿੰਦੇ ਪਾਉਣ ਜਿਹੜੀ ਹਵਾ ਹੈ ਉਹ ਗੁਰੂ ਹੈ ਤੇ ਪਿਤਾ ਪਾਣੀ ਹੈ ਤੇ ਪਹਿਲਾ ਪਾਣੀ ਜੀਓ ਹੈ ਜਿਤ ਹਰਿਆ ਸਭ ਕੋਏ ਕਹਿੰਦੇ ਪਾਣੀ ਹੀ ਤੁਹਾਡਾ ਇੱਕ ਜੀਵਨ ਹੈ ਜਿਹਦੇ ਕਰਕੇ ਤੁਸੀਂ ਹਰੇ ਭਰੇ ਹੋ ਜਿਹਦੇ ਕਰਕੇ ਤੁਸੀਂ ਜਿਉਂਦੇ ਹੋ ਇਸ ਵਾਸਤੇ ਸਰੀਰ ਨੂੰ ਹਰਿਆ ਭਰਿਆ ਕਰਨ ਵਾਸਤੇ ਕਿਤੇ ਪਾਣੀ ਦੀ ਸਾਨੂੰ ਲੋੜ ਹੈ ਤੇ ਤਨ ਨੂੰ ਤੇ ਮਨ ਨੂੰ ਹਰਿਆ ਭਰਿਆ ਰੱਖਣ ਵਾਸਤੇ ਸਾਨੂੰ ਅਕਾਲਪੁਰਖ ਪਰਮੇਸ਼ਰ ਵੈਗਰੂ ਦੀ ਬਾਣੀ ਦੀ ਲੋੜ ਹੈ ਇਸ ਵਾਸਤੇ ਅੱਜ ਸਾਨੂੰ ਜਾਗਨ ਦੀ ਲੋੜ ਹੈ ਜੋ ਕਰਮਕਾਂਡ ਇੱਥੇ ਦੁਨੀਆ ਦੇ ਲੋਕ ਆ ਕਰਕੇ ਕਰ ਰਹੇ ਨੇ ਉਹਨਾਂ ਨੂੰ ਬੇਨਤੀ ਕਰਾਂਗਾ ਵੀ ਭਾਈ ਇੱਥੇ ਇਹ ਦਰਖਤ ਦਾ ਕਾਹਨ ਕਰ ਦਿੱਤਾ ਤੇ ਤੁਸੀਂ ਕਰ ਦਿੱਤਾ ਪਰ ਹੋਰ ਦਰਖਤ ਨੂੰ ਇਸ ਪ੍ਰਕਾਰ ਕਿੱਲ ਨਾ ਠੋਕਿਆ ਜੇ ਹੋਰ ਕਿਸੇ ਦਰਖਤ ਦਾ ਪਤਨ ਨਾ ਕਰਿਆ ਜੇ ਹਰੀਆਂ ਟਾਲੀਆਂ ਜਿਹੜੀਆਂ ਖੜੀਆਂ ਹੁੰਦੀਆਂ ਆ ਕੇ ਤੁਸੀਂ ਟੋਪੀਆਂ ਵਾਲੇ ਕਿੱਲੋ ਦੇ ਵਿੱਚ ਜਕੜ ਦਿੰਦੇ ਜੇ ਠੋਕ ਦਿੰਦੇ ਜੇ ਆਹ ਕਰਕੇ ਤੇ ਜਦੋਂ ਜਿਸ ਚੀਜ਼ ਦੇ ਅੰਦਰ ਕਿੱਲ ਠੁਕ ਜਾਣ ਤੇ ਦਰਸ਼ਕੋ ਚੇਤਾ ਰੱਖਿਆ ਜੇ ਉਹਦਾ ਅੰਤ ਹੋ ਜਾਂਦਾ ਹੈ ਉਹਦਾ ਖਾਤਮਾ ਹੋ ਜਾਂਦਾ ਹੈ ਜਿਸ ਤਰੀਕੇ ਦੇ ਨਾਲ ਆ ਟਾਲੀ ਦਾ ਖਾਤਮਾ ਅੱਜ ਇਸ ਇਲਾਕੇ ਦੇ ਕੀ ਜੇ ਕਹਿੰਦੇ ਵੀ ਅਦਰ ਜ਼ਿਲਿਆਂ ਦੇ ਅੰਦਰੋਂ ਵੀ ਇਹ ਡਿਸਟ੍ਰਿਕਟ ਫਿਰੋਜ਼ਪੁਰ ਹੈ ਤੇ ਹੋਰ ਜ਼ਿਲਿਆਂ ਦੇ ਅੰਦਰੋਂ ਵੀ ਕਹਿੰਦੇ ਵੀ ਲੋਕ ਆ ਕੇ ਇੱਥੇ ਕਿਲ ਠੋਕੇ ਜਾਂਦੇ ਆ ਤੇ ਅੱਜ ਸਾਨੂੰ ਜਿਹੜੇ ਇੱਥੇ ਕਿਲ ਠੋਕਣ ਵਾਸਤੇ ਆਉਂਦੇ ਜੇ ਕੋਈ ਇੱਥੇ ਖੜਾ ਹੁੰਦਾ ਉਹਨੂੰ ਜ਼ਰੂਰ ਜਾਗਰੂਤ ਕਰਿਆ ਜੇ ਵੀ ਭਾਈ ਇੱਥੇ ਕਿਲ ਨਾ ਠੋਕੋ ਇੱਥੇ ਜੇ ਕੁਝ ਤੁਸੀਂ ਕਾਰਜ ਕਰਨਾ ਚਾਹੁੰਦੇ ਹੋ ਤੇ ਦੋ ਚਾਰ ਕੋਈ ਬੂਟੇ ਲੈ ਕੇ ਆਓ ਟਾਲੀਆਂ ਦੇ ਲੈ ਕੇ ਆਓ ਬੋਰਡ ਪੇਪਰ ਲੈ ਕੇ ਆਓ ਤੇ ਇੱਥੇ ਉਹ ਲਾਓ ਜੀਦੇ ਕਰਕੇ ਤੁਹਾਡਾ ਵੀ ਭਲਾ ਹੋ ਸਕੇ ਤੇ ਸਾਡਾ ਵੀ ਭਲਾ ਹੋ ਸਕੇ ਤੇ ਇਹਨਾਂ ਦਰਖਤਾਂ ਦਾ ਵੀ ਭਲਾ ਹੋ ਸਕੇ ਅਖੀਰ ਦੇ ਵਿੱਚ ਬਾਬਾ ਦਲਬਾਖ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਇਲਾਕੇ ਦੇ ਲੋਕਾਂ ਨੂੰ ਵੀ ਕੀ ਤੁਹਾਡਾ ਫਰਜ ਹੈ ਕਿ ਸ ਫਰਜ ਨੂੰ ਤੁਹਾਨੂੰ ਸਮਝਣਾ ਚਾਹੀਦਾ ਇਲਾਕੇ ਦੇ ਲੋਕਾਂ ਨੂੰ ਇਹ ਬੇਨਤੀ ਕਰਦਾ ਆਪਦੇ ਚੈਨਲ ਤੇ ਮਾਧ ਰਮਨ ਕਿ ਇੱਥੇ ਵੱਤਵਾਦ ਆਪਾਂ ਰੁਖ ਲਾਈਏ ਤੇ ਜਿੰਨੇ ਵੀ ਸ਼ਾਨਦਾਰ ਜਾਂ ਫਲਦਾਰ ਰੁਖ ਲਾਈਏ ਰੁੱਖਾਂ ਦੇ ਨਾਲ ਹੀ ਬਲਜਰੀ ਆਕਸੀਜਨ ਆਪਨ ਪ੍ਰਾਪਤ ਹੋਣੀ ਆ ਦੂਸਰੀ ਮੈਂ ਬੇਨਤੀ ਕਰਦਾ ਪੰਜਾਬ ਸਰਕਾਰ ਨੂੰ ਆਪਦੇ ਚੈਨਲ ਰਾਹੀਂ ਕਿ ਪੰਜਾਬ ਸਰਕਾਰ ਨੂੰ ਇਹ ਵੀ ਚਾਹੀਦਾ ਵੀ ਪੰਜਾਬ ਦੇ ਵਿੱਚ ਜਿਸ ਪਿੰਡ ਦੇ ਵਿੱਚ ਵੱਧ ਰੁੱਖ ਹੋਣ ਉਹਨਾਂ ਨੂੰ ਕੋਈ ਵਿਸ਼ੇਸ਼ ਗ੍ਰਾਂਟ ਦੇ ਕੇ ਜਾਂ ਕਿਸੇ ਵੀ ਤਰ੍ਹਾਂ ਕਰਕੇ ਉਹਨਾਂ ਨੂੰ ਨਿਵਾਜਿਆ ਜਾਵੇ ਉਹਨਾਂ ਦਾ ਸਤਿਕਾਰ ਕੀਤਾ ਜਾਵੇ ਜਿੱਥੇ ਆਕਸੀਜਨ ਜਿਹੜੀ ਵੱਧ ਪੈਦਾ ਹੋ ਰਹੀ ਆ ਚੰਗੇ ਚੰਗੇ ਜਿਹੜੇ ਰੁੱਖ ਜਿਸ ਪਿੰਡ ਨੇ ਲਾਏ ਆ ਚੰਗੇ ਬੂਟੇ ਸਾਂਭੇ ਹੋਏ ਆ ਕਿਉਂਕਿ ਸਭ ਤੋਂ ਵੱਡਾ ਵਿਸ਼ਾ ਇਹ ਵળે ਆਪਣਾ ਇਹ ਮਤਲਬ ਬਹੁਤ ਲੋਡ ਆ ਵੱਡੀ ਆ ਆਪਾਂ ਨੂੰ ਦਰਖਤਾਂ ਦੀ ਇਸ ਵਾਸਤੇ ਜਿਸ ਪਿੰਡ ਦੇ ਵਿੱਚ ਵੱਧ ਰੁੱਖ ਲਾਏ ਜਾ ਰਹੇ ਆ ਜਾਂ ਪਿੰਡ ਦੇ ਲੋਕ ਲਾ ਰਹੇ ਆ ਰੁੱਖ ਉਹਨਾਂ ਨੂੰ ਵਿਸ਼ੇਸ਼ ਸਨਮਾਨਿਤ ਕਰੇ ਸਰਕਾਰਾਂ ਜੀ ਬਿਲਕੁਲ ਬਹੁਤ ਵਧੀਆ ਬਾਬਾ ਦਲਬਾਖ ਸਿੰਘ ਜੀ ਹੁਣਾਂ ਨੇ ਗੱਲਬਾਤ ਕੀਤੀ ਹੈ ਦਰਸ਼ਕੋ ਕਹਿੰਦੇ ਵੀ ਜਿਸ ਨਗਰ ਦੇ ਵਿੱਚ ਜਿਸ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਦਰਖਤ ਲੱਗੇ ਹੋਣਗੇ ਤੇ ਪਲੇ ਹੋਣਗੇ ਤੇ ਵਿਸ਼ੇਸ਼ ਤੌਰ ਤੇ ਪੰਜਾਬ ਸਟੇਟ ਉਹਨਾਂ ਨੂੰ ਸਨਮਾਨਿਤ ਕਰੇ ਉਹਨਾਂ ਨੂੰ ਸ਼ਾਬਾਸ਼ ਦਏ ਤੇ ਉਹਨਾਂ ਤੋਂ ਹੋਰ ਵੀ ਨਗਰ ਹੋਰ ਵੀ ਸ਼ਹਿਰ ਜਿਹੜੇ ਆ ਉਹ ਪ੍ਰੇਰਿਤ ਹੋ ਸਕਣ ਦਰਸ਼ਕੋ ਅੱਜ ਤੁਹਾਨੂੰ ਜਾਗਣ ਦੀ ਲੋੜ ਹੈ ਅੱਜ ਸਾਨੂੰ ਸਮਝਣ ਦੀ ਲੋੜ ਹੈ ਤਾਂ ਸਾਡੇ ਜੀਵਨ ਦੇ ਅੰਦਰ ਖੁਸ਼ਹਾਲੀ ਹੈ ਕਿਸੇ ਨਵੇਂ ਮੁੱਦੇ ਤੇ ਦੁਬਾਰਤੋ ਫਿਰ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਣੇ ਆ ਹੁਣ ਤਦ ਤੱਕ ਲਈਦੇ ਹੋਏ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ